ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਕਾਲ ਚੈਨਲ ਦੇ ਸਰੋਤਿਓ, ਅਸੀਂ ਆਪ ਜੀ ਦੇ ਸਾਹਮਣੇ ਹਾਜ਼ਰ ਹੋਏ ਹਾਂ ਪ੍ਰੋਗਰਾਮ ਲੈ ਕੇ ਸੋ ਅੰਮ੍ਰਿਤ ਗੁਰ ਤੇ ਪਾਇਆ। ਜਦੋਂ ਤੋਂ ਇਹ ਚੈਨਲ ਦੀ ਸ਼ੁਰੂਆਤ ਹੋਈ 1 ਸਤੰਬਰ 2013 ਤੋਂ, ਉਦੋਂ ਤੋਂ ਲੈ ਕੇ ਜਿੱਥੇ ਹੋਰ ਗੁਰਬਾਣੀ ਪ੍ਰਚਾਰ ਪ੍ਰਸਾਰ ਦੇ ਪ੍ਰੋਗਰਾਮ ਚੱਲ ਰਹੇ ਨੇ, ਆਪ ਜੀ ਇਹ ਪ੍ਰੋਗਰਾਮ ਨਾਲ ਦੀ ਨਾਲ ਦੇਖ ਰਹੇ ਹੋ ਕਿ ਸੋ ਅੰਮ੍ਰਿਤ ਗੁਰ ਤੇ ਪਾਇਆ। ਸਤਿਗੁਰੂ ਜੀ ਨੇ ਬੜੀ ਰਹਿਮਤ ਕੀਤੀ ਥੋੜ੍ਹੇ ਸਮੇਂ ਵਿੱਚ ਪਿਆਰੇ ਹੋ। ਕੋਈ ਵੀ ਕਾਰਜ ਜਦੋਂ ਆਪਾਂ ਕਰਦੇ ਹਾਂ, ਜ਼ਿਮੀਂਦਾਰ ਫਸਲ ਬੀਜੀ ਹੈ ਅਤੇ ਉਹਨੂੰ ਆਸ ਹੁੰਦੀ ਹੈ ਵੀ ਇਹਦਾ ਕੋਈ ਝਾੜ ਚੜੂਗਾ, ਅਤੇ ਝਾੜ ਦਾ ਪਤਾ ਲੱਗਦਾ ਫਿਰ ਜਾ ਕੇ 6 ਮਹੀਨਿਆਂ ਬਾਅਦ ਸੋ ਮੰਡੀ ਦੇ ਕੰਢੇ ਤੋਂ, ਅਤੇ ਕਿਸੇ ਗੁਰਮਤ ਸਮਾਗਮ ਕਰਨ ਦਾ, ਗੁਰਦੁਆਰਾ ਬਣਾਉਣ ਦਾ ਕੀ ਪ੍ਰਾਪਤ ਹੋਇਆ, ਇਹ ਸਮਾਗਮ ਕਰਾਇਆ, ਇੰਨਾ ਵੱਡਾ ਖਰਚਾ ਕੀਤਾ, ਕਿੰਨੇ ਬੰਦਿਆਂ ਨੇ ਅੰਮ੍ਰਿਤ ਛਕਿਆ, ਉਹ ਫਿਰ ਅਖੀਰ ਵਿੱਚ ਪਤਾ ਲੱਗਦਾ ਗੁਰੂ ਦੇ ਬਾਟਾ ਅਤੇ ਖੰਡਾ ਦੱਸਦਾ। ਜ਼ਿਮੀਂਦਾਰ ਦੇ ਫਸਲ ਦੀ ਝਾੜ ਦਾ ਪਤਾ ਲੱਗਾ ਮੰਡੀ ਦਾ ਕੰਡਾ, ਅਤੇ ਕਿਸੇ ਗੁਰਮੁਖ ਸਮਾਗਮ ਦਾ ਪਤਾ ਲੱਗਦਾ ਗੁਰੂ ਦਾ ਬਾਟਾ ਅਤੇ ਖੰਡਾ। ਅਤੇ ਇਸ ਚਲਾਏ ਹੋਏ ਪ੍ਰੋਗਰਾਮ 'ਚੋਂ ਮਾਲਕ ਦਾ ਲੱਖ ਲੱਖ ਸ਼ੁਕਰ ਹੈ, ਉਹਦੇ ਚਰਨਾਂ ਵਿੱਚ ਅਰਦਾਸ ਕਰਕੇ ਕਾਰਜ ਕੀਤਾ ਸੀ। ਤਕਰੀਬਨ ਥੋੜ੍ਹੇ ਸਮੇਂ ਵਿੱਚ ਹੁਣ ਤੱਕ 1100 ਬੰਦੇ ਨੇ ਅੰਮ੍ਰਿਤ ਮਹਾਰਾਜ ਨੇ ਕਿਰਪਾ ਕੀਤੀ ਹੈ, ਜਿੱਥੇ ਇੱਥੇ ਉੱਥੇ ਆਪਣੀ ਧਰਤੀ 'ਤੇ, ਜਿਹੜੀ ਗੁਰੂਆਂ ਦੀ ਧਰਤੀ, ਅੱਜ ਆਏ ਹਾਂ ਜਿੱਥੋਂ, ਜਿਸ ਪੰਜਾਬ ਦੇ ਵਿੱਚ 5 ਦਰਿਆਵਾਂ ਦੀ ਧਰਤੀ, ਅੱਜ 6ਵਾਂ ਦਰਿਆ ਨਸ਼ਿਆਂ ਦਾ ਚੱਲ ਚੁੱਕਾ ਹੈ, ਅਤੇ ਅੱਜ ਸਾਡਾ ਇਸ ਪਾਸੇ ਬਿਲਕੁਲ ਕੋਈ ਖਿਆਲ ਨਹੀਂ। ਪਿਆਰਿਓ, ਮੈਂ ਜਾ ਕੇ ਆਪ ਵੇਖਿਆ, ਤੁਸੀਂ ਦੇਖ ਲਿਓ, ਮੇਰਾ ਖਿਆਲ ਵੀ ਸਾਡੀ ਇਹਦੇ ਵਿੱਚ ਬਹੁਤ ਵੱਡੀ ਭੁੱਲ ਹੈ, ਤਰੁੱਟੀ ਹੈ। ਅਸੀਂ ਹੋਰ ਕਈ ਉਪਰਾਲੇ ਕਰਦੇ ਹਾਂ, ਅਤੇ ਕਈ ਕੈਂਪ ਲਾਉਣੇ ਹਾਂ, ਕਈ ਕੁਝ ਕਰਦੇ ਹਾਂ, ਨਾਲ ਦੀ ਨਾਲ ਅਸੀਂ ਹੋਰ ਕਈ ਕੁਝ ਕਰਾਉਣੇ ਹਾਂ, ਕਬੱਡੀਆਂ ਕਰਾਉਣੇ, ਸਭ ਕੁਝ ਕਰਾਓ, ਸਭ ਕੁਝ ਕਰਾਓ, ਪਰ ਇਹਨਾਂ ਸਾਰਿਆਂ ਦੇ ਪਿੱਛੇ ਕਿਸੇ ਨਾ ਕਿਸੇ ਤਰੀਕੇ ਨਾਲ ਨਸ਼ੇ ਛੁਪੇ ਹੋਏ ਨੇ। ਮੇਰਾ ਖਿਆਲ ਹੈ ਜੇ ਸਾਰਾ ਕੁਝ ਕਰਾਉਣ ਦੀ ਬਾਰੇ ਤੁਸੀਂ ਗੁਰੂ ਵਾਲੇ ਬਣਾ ਦਿਓ, ਅਤੇ ਸਾਰੀਆਂ ਚੀਜ਼ਾਂ ਦਾ ਇਲਾਜ ਇੱਕ ਹੀ ਹੋਜੂ। ਕਿਉਂ ਜੀ, 100 ਹੱਥ ਰਸਾ ਅਤੇ ਸਿਰੇ 'ਤੇ ਗੰਢ, ਅਤੇ ਜੇ ਅੰਮ੍ਰਿਤ ਛਕਾਇਆ ਜਾਵੇ, ਤਾਂ ਮੈਂ ਇਹ ਤੁਹਾਨੂੰ ਰਾਏ ਆਪਣੇ ਵੱਲੋਂ ਦੇਣਾ ਚਾਹਾਂਗਾ। ਤੁਸੀਂ ਅੱਜ ਪੰਜਾਬ ਤੋਂ ਆਏ, ਅਸੀਂ ਭਾਵੇਂ ਬੇਸ਼ੱਕ ਇਹਨਾਂ ਧਰਤੀ 'ਤੇ ਰਹਿ ਰਹੇ ਹਾਂ, ਜਿਸ ਬੰਦੇ ਦਾ ਜਨਮ ਪੰਜਾਬ ਦਾ, ਸਾਡਾ ਸਰੀਰ ਬੇਸ਼ੱਕ ਇੱਥੇ, ਸਾਡੀ ਆਤਮਾ ਉੱਥੇ ਆਪਣੇ ਗੁਰੂਆਂ ਦੀ ਧਰਤੀ 'ਤੇ ਰਹਿੰਦੀ ਹੈ। ਜਦੋਂ ਪੰਜਾਬ ਜਾਓ, ਜ਼ਰੂਰ ਐਸਾ ਕੋਈ ਕਾਰਜ ਕਰਿਆ ਕਰੋ, ਕੋਈ ਸਮਾਗਮ ਪਿੰਡ ਵਿੱਚ ਕਰਾਓ, ਕਿਸੇ ਸੋਹਣੇ ਪ੍ਰਚਾਰਕ ਨੂੰ ਬੁਲਾ ਕੇ 2-4 ਦਿਨ ਕਰਕੇ ਜ਼ਰੂਰ ਅੰਮ੍ਰਿਤ ਛਕਾਓ, ਨਾਲ ਦੇ ਪਿੰਡਾਂ ਵਿੱਚ ਜਾ ਕੇ। ਦਾਸ ਨੇ ਜਾ ਕੇ, ਮੈਂ ਤੁਹਾਨੂੰ ਇਸ ਚੀਜ਼ ਬਾਰੇ ਗਾਈਡਨੈਂਸ ਵੀ ਦੇ ਸਕਣਾ, ਦੱਸਦਾ ਪ੍ਰੈਕਟੀਕਲ ਤਜਰਬਾ। ਸੋ ਜਿਵੇਂ ਦਾਸ ਨੇ ਜਾ ਕਰਕੇ ਜਿੱਥੇ ਆਪਣੇ ਪਿੰਡ ਵਿੱਚ, ਹੋਰ ਨਾਲ ਦੇ ਪਿੰਡਾਂ ਵਿੱਚ ਜਾ ਕਰਕੇ, ਨਾਲ ਹੋਰ ਗੁਰਮੁਖ ਪਿਆਰਿਆਂ ਨੂੰ ਲੈ ਕੇ, ਉਹਨਾਂ ਦਾ ਸਹਿਯੋਗ ਲੈ ਕੇ ਜਾ ਕਰਕੇ ਹਰ ਪਿੰਡ ਵਿੱਚ, ਨੇੜੇ ਨੇੜੇ ਦੇ ਪਿੰਡਾਂ ਦੇ ਵਿੱਚ, ਸੋ ਜਿਹੜੇ ਪ੍ਰੋਗਰਾਮ ਕੀਤੇ, ਹਰ ਪਿੰਡ ਵਿੱਚੋਂ 10 ਬੰਦੇ, ਕਿਸੇ 15, ਇੱਕ ਪਿੰਡ 'ਚੋਂ 20-25 ਬੰਦੇ ਆ ਕਰਕੇ ਜਿਨ੍ਹਾਂ ਨੇ ਅੰਮ੍ਰਿਤ ਛਕਿਆ। ਅਤੇ ਮੈਂ ਸੋਚਦਾ ਸਾ, ਅੱਜ ਵੱਡੇ ਵੱਡੇ ਪ੍ਰਚਾਰਕ ਬੈਠੇ ਨੇ, ਪਰ ਸਾਡਾ ਇਸ ਪਾਸੇ ਖਿਆਲ ਨਹੀਂ। ਅਸੀਂ ਸਾਰੇ ਇਸ ਪਾਸੇ ਜ਼ਰੂਰ ਦੌੜਦੇ ਹਾਂ, ਅਤੇ ਪਰ ਸਾਡਾ ਇਹ ਨਹੀਂ ਖਿਆਲ ਜਿਸ ਧਰਤੀ ਤੋਂ ਆਏ ਕਿਤੇ ਉੱਥੇ ਵੀ ਅਸੀਂ ਪ੍ਰਚਾਰ ਕਰ ਲਈਏ। ਸੋ ਆਓ, ਇਹ ਚੱਲ ਰਿਹਾ ਪ੍ਰੋਗਰਾਮ ਬਾਰੇ ਆਪਾਂ ਗੁਰਮਤ ਵਿਚਾਰਾਂ ਕਰਨ ਵਾਸਤੇ, ਅੱਜ ਅਸੀਂ ਗੁਰੂ ਤੋਂ ਕਿਉਂ ਦੂਰ ਹਾਂ, ਕਿਉਂ ਨਹੀਂ ਅੰਮ੍ਰਿਤ ਛਕ ਰਹੇ, ਅੰਮ੍ਰਿਤ ਛਕਣਾ ਸਿੱਖ ਵਾਸਤੇ ਕਿੰਨਾ ਜ਼ਰੂਰੀ ਹੈ, ਇਸ ਪਾਸੇ ਗੱਲ ਕਰਾਂਗੇ। ਅੱਜ ਸਾਡੇ ਨਾਲ ਇਸ ਸਟੂਡੀਓ 'ਤੇ ਆਏ ਹਨ ਸੋ ਜਥੇਦਾਰ ਭਾਈ ਚਰਨਜੀਤ ਸਿੰਘ ਜੀ, ਮੁੱਖ ਸੇਵਾਦਾਰ ਗੁਰਦੁਆਰਾ ਟੀ ਵੀ ਡੇਲ ਮਹਾਰਾਜ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਵਨ ਪਵਿੱਤਰ ਨਾਮ 'ਤੇ, ਮੇਰੀ ਪੀਰ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, 5 ਪਿਆਲੇ, 5 ਪੀਰ, ਛੱਟਮ ਪੀਰ ਬੈਠਾ, ਗੁਰੂ ਭਾਰੀ ਅਰਦਨ ਕਾਇਆ, ਪਲਟ ਕੇ ਮੂਰਤ ਹਰਗੋਬਿੰਦ ਸਵਾਰੀ। ਸਤਿਗੁਰੂ ਜੀ ਇਹਨਾਂ ਤੋਂ ਸੇਵਾ ਲੈ ਰਹੇ ਨੇ। ਇਹਨਾਂ ਦੇ ਨਾਲ ਮੇਰੇ ਵੀਰ ਜਾਗੋ ਵਾਲੇ ਭਾਈ ਸਤਵਿੰਦਰ ਸਿੰਘ ਜੀ ਆਏ ਹਨ। ਜੀ ਆਇਆਂ, ਆਪ ਜੀ ਤੋਂ ਅਸੀਸ ਮੰਗਦੇ ਹੋਏ ਆਏ ਮਹਿਮਾਨਾਂ ਨੂੰ ਫਤਿਹ ਬੁਲਾਉਂਦੇ ਹੋਏ, ਜੀ ਆਗਿਆ ਬਖਸ਼ੋ ਅਤੇ ਗੱਜ ਕੇ ਆਖੋ ਵਾਹਿਗੁਰੂ ਜੀ। ਇਸ ਚੱਲ ਰਹੇ ਪ੍ਰੋਮੋ ਬਾਰੇ ਜਥੇਦਾਰ ਭਾਈ ਚਰਨ ਸਿੰਘ ਜੀ, ਤੁਸੀਂ ਕੀ ਕਹਿਣਾ ਚਾਹੋਗੇ? ਗਿਆਨੀ ਗੁਰਮੇਰ ਸਿੰਘ ਜੀ, ਬਹੁਤ ਵੱਡਾ ਉਪਰਾਲਾ ਜਿਹੜਾ ਤੁਸੀਂ ਕਰ ਰਹੇ ਹਾਂ, ਅਤੇ ਜੋ ਵੀ ਸਿੱਖ ਹੈ, ਜਿਹੜਾ ਸਿੱਖੀ ਨੂੰ ਪ੍ਰਫੁੱਲਤ ਕਰਨ ਵਾਸਤੇ ਆਪਣੇ ਜੀਵਨ ਦੇ ਵਿੱਚੋਂ ਯੋਗਦਾਨ ਪਾਉਂਦਾ, ਉਹ 'ਤੇ ਗੁਰੂ ਮਹਾਰਾਜ ਜੀ ਖੁਸ਼ ਹੁੰਦੇ ਹਨ। ਔਰ ਦੂਸਰੀ ਗੱਲ, ਜਿਹੜੀ ਅੰਮ੍ਰਿਤ ਦੀ ਦਾਤ ਹੈ, ਇਹ ਤਾਂ ਮਤਲਬ ਜਿਹੜੀ ਆ ਹੋਰ ਕਿਤੋਂ ਮਿਲਦੀ ਨਹੀਂ ਹੈ, ਸਿਰਫ ਇੱਕ ਸਿੱਖੀ ਦੇ ਵਿੱਚ ਹੈ ਜਿਹੜੀ ਅੰਮ੍ਰਿਤ ਦੀ ਦਾਤ ਗੁਰੂ ਸਾਹਿਬਾਂ ਨੇ ਸਾਨੂੰ ਬਖਸ਼ੇ ਕੀਤੀ ਆ। ਬੜੇ ਬੜੇ ਖੋਜਵਾਨ ਪਹਿਲਾਂ ਤੋਂ, ਪਹਿਲੇ ਯੁੱਗਾਂ ਤੋਂ ਇਹ ਲੱਭਦੇ ਆ ਰਿਹਾ ਕਿ ਇਹ ਅੰਮ੍ਰਿਤ ਸਾਨੂੰ ਮਿਲ ਜਾਵੇ, ਪਰ ਨਹੀਂ ਮਿਲ ਸਕਿਆ। ਕਲਯੁੱਗ ਦੇ ਵਿੱਚ ਆ ਕੇ ਕਲਗੀਧਰ ਪਾਤਸ਼ਾਹ ਜੀ ਨੇ, ਜੋ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਚੱਲ ਰਹੀ ਸੀ 10 ਸਰੂਪਾਂ ਤੋਂ ਬਾਅਦ, ਉਹਨਾਂ ਨੇ ਸਾਨੂੰ ਅਖੀਰ ਦੇ ਉੱਤੇ ਇਹ ਜਿਹੜੀ ਸਾਰੀ ਘਾਲਣਾ ਸੀ, ਉਹਦਾ ਫਲ ਜਿਹੜਾ ਸੀ ਉਹ ਅੰਮ੍ਰਿਤ ਦੀ ਦਾਤ ਦਿੱਤੀ ਹੈ। ਇਹਦੇ ਨਾਲ ਜਿਹੜੀ ਆਤਮਾ ਤੁਹਾਡੀ ਸਦਾ ਵਾਸਤੇ ਜਿਹੜੀ ਆ ਅਮਰ ਹੋ ਜਾਂਦੀ ਆ। ਇਸ ਦਾਤ ਨੂੰ ਲੈ ਕੇ ਹੀ ਗੁਰੂ ਕੇ ਸਿੱਖਾਂ ਨੇ ਥੋੜ੍ਹੀ ਗਿਣਤੀ ਦੇ ਵਿੱਚ ਹੁੰਦਿਆਂ ਹੋਇਆਂ
ਤੇ ਲੱਖਾਂ ਦਾ ਮੂੰਹ ਮੋੜ ਕੇ ਰੱਖ ਦਿੱਤਾ। ਪਰ ਪੂਰਾ ਵਿਸ਼ਵਾਸ ਸੀ ਕਿ ਸਾਡੇ ਵਿੱਚ ਜੋ ਗੁਰੂ ਸਾਹਿਬ ਨੇ ਇਹ ਸ਼ਕਤੀ ਭਰੀ ਆ ਕਿਹਾ ਆ ਉਹ ਹੈਗਾ। ਦੂਸਰੀ ਗੱਲ ਸੀ ਇਹ ਕਿ ਜਿਹੜਾ ਗੁਰੂ ਸਾਹਿਬਾਂ ਨੇ ਸਾਰਿਆਂ ਦੇ ਸਾਹਮਣੇ ਸੀਸ ਪੰਜਾਂ ਸਿੱਖਾਂ ਦੇ ਧੜ ਤੋਂ ਜੁਦੇ ਕੀਤੇ ਔਰ ਇਸ ਅੰਮ੍ਰਿਤ ਦੀਆਂ ਬੂੰਦਾਂ ਦੇ ਨਾਲ ਉਹਨਾਂ ਦੇ ਵਿੱਚ ਸਵਾਸ ਪਾਏ। ਇਸ ਚੀਜ਼ ਨੂੰ ਦੇਖ ਕੇ ਜਿਹੜੇ ਸੀ ਜਿੰਨੇ ਵੀ ਗੁਰਸਿੱਖ ਪਹਿਲਾਂ ਗੁਰੂ ਘਰ ਦੇ ਨਾਲ ਜੁੜੇ ਸੀ ਅੰਮ੍ਰਿਤ ਛਕ ਕੇ ਸਿੰਘ ਬਣ ਗਿਆ, ਗੁਰੂ ਸਾਹਿਬ ਜੀ ਨੇ ਵੀ ਆਪਣਾ ਨਾਮ ਜਿਹੜਾ ਸੀ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਜਿਹੜਾ ਸੀ ਅੰਮ੍ਰਿਤ ਛਕ ਕੇ ਕਿਹਾ ਸੀ ਵੀ ਸਾਨੂੰ ਵੀ ਸਿੰਘ ਬਣਾਓ, ਉਹਨਾਂ ਨੇ ਰਖਵਾਇਆ। ਉਹਨਾਂ ਨੂੰ ਇਸ ਅੰਮ੍ਰਿਤ ਦੀ ਲੋੜ ਸੀ, ਉਹ ਸਾਨੂੰ ਦੱਸਿਆ ਕਿ ਸਾਨੂੰ ਹਰੇਕ ਜੀਵ ਨੂੰ ਅੰਮ੍ਰਿਤ ਦੀ ਲੋੜ ਹੈ, ਇਸ ਕਰਕੇ ਜ਼ਰੂਰੀ ਕੀਤਾ। ਜੇ ਗੁਰੂ ਸਾਹਿਬ ਜੀ ਆਪ ਨਾ ਛਕਦੇ ਤਾਂ ਹੋ ਸਕਦਾ ਅੱਜ ਤੋਂ ਵੀ ਵੱਧ ਕਿੰਤੂ ਪ੍ਰੰਤੂ ਲੋਕ ਇਸ ਗੱਲ ਦੇ ਉੱਤੇ ਕਰਦੇ ਕਿ ਸਿੱਖਾਂ ਨੇ ਅੰਮ੍ਰਿਤ ਛਕਾਇਆ, ਗੁਰੂ ਸਾਹਿਬ ਨੇ ਆਪ ਨਹੀਂ ਛਕਿਆ, ਉਹਨਾਂ ਦਾ ਮਨ ਸੱਚਾ ਸੀ, ਸਾਡਾ ਵੀ ਸੱਚਾ। ਅਤੇ ਹੁਣ ਹੀ ਕਈ ਤਾਂ ਲੋਕ ਇਹ ਕਹਿੰਦੇ ਵੀ ਮਨ ਸੱਚਾ ਅਤੇ ਸਾਨੂੰ ਅੰਮ੍ਰਿਤ ਦੀ ਕੀ ਲੋੜ ਆ, ਪਰ ਕਲਗੀਧਰ ਪਾਤਸ਼ਾਹ ਜੀ ਨੇ ਆਪ ਛਕਿਆ, ਆਪਣੇ ਸਾਰੇ ਪਰਿਵਾਰ ਨੂੰ ਅੰਮ੍ਰਿਤ ਛਕਾਇਆ। ਕੱਲ ਨੂੰ ਬੰਦਾ ਕੋਈ ਇਹ ਗੱਲ ਕਵੇ ਨਾ ਵੀ ਮੇਰਾ ਮਨ ਸਾਫ ਹੈ, ਕੋਈ ਵੀ ਮੇਰਾ ਮਨ ਸੱਚਾ ਜਾਂ ਸਾਫ ਹੈ, ਕੱਲ ਨੂੰ ਕੋਈ ਬੰਦਾ ਇਹ ਗੱਲ ਕਵੇ ਹੀ ਕਹਿ ਹੀ ਨਾ ਸਕੇ। ਜੋ ਵੀ ਮਰਿਆਦਾ ਕਲਗੀਧਰ ਪਾਤਸ਼ਾਹ ਜੀ ਨੇ ਚਲਾਈ ਆ ਸਾਡੇ ਵਾਸਤੇ, ਸਿੱਖੀ ਵਾਸਤੇ, ਉਹ ਜਿੰਨਾ ਮਰਜ਼ੀ ਸਮਾਂ ਅੱਗੇ ਚੱਲੀ ਜਾਓ, ਜਿੱਦਾਂ ਦੇ ਮਰਜ਼ੀ ਵਾਤਾਵਰਨ ਸੰਸਾਰ ਦੇ ਬਦਲਦੇ ਰਹਿਣ, ਜਿੰਨੀਆਂ ਮਰਜ਼ੀ ਗਤੀਵਿਧੀਆਂ ਬਦਲਦੀਆਂ ਰਹਿਣ, ਗੁਰੂ ਸਾਹਿਬ ਦੀ ਮਰਿਆਦਾ ਕੋਈ ਵੀ ਚਲਾਈ ਹੋਈ ਕਦੇ ਗਲਤ ਨਹੀਂ ਹੋਣੀ, ਉਹ ਸਾਰੀਆਂ ਸਦਾ ਦੇ ਸਦਾ ਸਹੀ ਸਿੱਧ ਹੋਣੀਆਂ ਅਤੇ ਉਹਨਾਂ ਨੇ ਸਾਡਾ ਬਚਾਅ ਕਰਨਾ। ਸਿਰਫ ਇਸ ਕਰਕੇ ਜਿਵੇਂ ਆਪਾਂ ਕਹਿੰਦੇ ਹਾਂ ਕਿ ਹਰਨਾਕਸ਼ ਜਿਹੜਾ ਉਹ ਪ੍ਰਾਪਤੀ ਕਰਕੇ ਤਾਂ ਉਹਨੇ ਉਹਦੇ ਮਨ ਦੇ ਵਿੱਚ ਹੰਕਾਰ ਆ ਗਿਆ ਸੀ, ਹੁਣ ਵੀ ਕਈ ਵਾਰੀ ਸਾਡੇ ਵਿੱਚ ਵਿਦਵਤਾ ਦੇ ਨਾਲ ਕਈਆਂ ਪ੍ਰਾਣੀਆਂ ਦੇ ਵਿੱਚ ਹੰਕਾਰ ਆ ਜਾਂਦਾ ਕਿ ਮੈਨੂੰ ਇੰਨਾ ਗਿਆਨ ਹੋ ਗਿਆ ਅਤੇ ਅੰਮ੍ਰਿਤ ਦੀ ਕੀ ਲੋੜ ਆ, ਮੈਂ ਤਾਂ ਆਪ ਉਪਦੇਸ਼ ਕਰਦਾ ਫਿਰਦਾ ਲੋਕਾਂ ਨੂੰ, ਅਤੇ ਜੇ ਛੱਕ ਵੀ ਲਿਆ ਤਾਂ ਦਿਖਾਵੇ ਦਾ ਛੱਕ ਲਿਆ। ਇਹ ਵੱਡੀਆਂ ਸਾਡੇ ਵਿੱਚ ਇਸ ਵੇਲੇ ਆ ਗਈਆਂ ਕਿਉਂਕਿ ਅਸੀਂ ਵਿਸ਼ਵਾਸ ਸ਼ਰਧਾਹੀਣ ਹੋ ਗਏ, ਸ਼ਰਧਾਹੀਣ। ਉਹ ਮਾਲਕ ਹਰ ਜੀ ਉਹ ਹੰਕਾਰ ਨਾ ਭਾਵੇ, ਰਹਿਣ ਨਹੀਂ ਦਿੰਦਾ, ਬਹੁਤਾ ਦਿਲ ਨਹੀਂ ਰਹਿਣ ਦਿੰਦਾ ਮਾਲਕ ਦੇ ਰਾਜ ਦਾ। ਕੱਪ ਵੇਖੋ ਕਿੰਨੇ ਵੱਡੇ ਵੱਡੇ ਜਿੰਨੇ ਵੀ ਹੋਏ ਆ ਤੇ ਉਹ ਹੰਕਾਰੀਆਂ ਦਾ ਮਹਾਰਾਜ ਹੰਕਾਰ ਤੋੜ ਦਿੰਦਾ। ਇਸ ਵਾਸਤੇ ਕਦੀ ਕਿਸੇ ਬੰਦੇ ਨੂੰ ਮਹਾਰਾਜ ਕੇ ਅਰਦਾਸ ਹੀ ਕਰਨੀ ਚਾਹੀਦੀ ਹੈ, ਉਸ ਮਾਲਕ ਦੇ ਭੈ ਅੰਦਰ ਰਹਿਣਾ ਚਾਹੀਦਾ। ਕਦੀ ਵੀ ਇਹ ਮਨ ਵਿੱਚ ਕਿਸੇ ਚੀਜ਼ ਦਾ ਵੀ ਜਿਹੜੀ ਇਹ ਗੁਰਮਤ ਦੇ ਵਿੱਚ ਪੂਰਾ ਮਾਤਰ ਵੀ ਜਿਹੜੀ ਹਉਮੈ ਹੈ ਨਾ ਅਤੇ ਉਹ ਸਾਡਾ ਕੀਤਾ ਹੋਇਆ ਵਿਅਰਥ ਕਰ ਦਿੰਦੀ ਹੈ। ਅਤੇ ਇਸ ਵਾਸਤੇ ਸਭ ਤੋਂ ਵੱਡੀ ਜਿਹੜੇ ਸਾਨੂੰ ਇਹ ਬਿਮਾਰੀ ਹੈ ਹਉਮੈ ਦੀ, ਇਹ ਸਤਿਗੁਰੂ ਜੀ ਦੇ ਤੋਂ ਬਚਾਵੇ ਤਾਂ ਅਸੀਂ ਬਚ ਸਕਦੇ ਹਾਂ, ਜੇ ਆ ਗਈ ਤਾਂ ਮਾਲਕ ਦਾ ਇੱਕ ਮਿੰਟ ਹੀ ਲਾਉਂਦਾ ਜੀ। ਇਹ ਜਿਸ ਤਰ੍ਹਾਂ ਆਪਾਂ ਇਹ ਵਿਚਾਰ ਕਰ ਰਹੇ ਸੀ ਕਿ ਜਿਹੜਾ ਅੰਮ੍ਰਿਤ ਹੈ ਇਹ ਆਪਾਂ ਕਿਸੇ ਵਾਸਤੇ ਨਹੀਂ ਛਕ ਰਹੇ, ਆਪਣੇ ਵਾਸਤੇ, ਸਿਰਫ ਆਪਣੇ ਵਾਸਤੇ ਛਕ ਰਹੇ, ਆਪਣੀ ਆਤਮਾ ਦੇ ਭਲੇ ਵਾਸਤੇ ਛਕ ਰਹੇ ਹਾਂ। ਸੋ ਜਿਹੜਾ ਗੁਰੂ ਸਾਹਿਬ ਦੇ ਲੜ ਲੱਗ ਗਿਆ ਉਹ ਸਾਡੇ ਪਾਸ ਇਤਿਹਾਸ ਹੈਗਾ ਗੁਰੂ ਸਾਹਿਬਾਂ ਦਾ, ਕਿ ਦਾਨ ਸਿੰਘ ਜੀ ਬਰਾੜ ਜੀ ਉਹਨਾਂ ਨੇ ਬੜੀ ਸੇਵਾ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਨਾਲ ਜੰਗ ਦੇ ਵਿੱਚ ਕੀਤੀ ਜੀ। ਅਤੇ ਬਰਾੜ ਜਿਹੜੇ ਸੀਗੇ ਉਹਨਾਂ ਸਾਰਿਆਂ ਨੇ ਕਿਹਾ ਮਹਾਰਾਜ ਜੀ ਇੰਨੇ ਦਿਨ ਇੰਨਾ ਚਿਰ ਹੋ ਗਿਆ ਸੇਵਾ ਕਰਦਿਆਂ ਨੂੰ ਤੁਹਾਡੇ ਨਾਲ ਮਹੀਨੇ, ਅਤੇ ਸਾਨੂੰ ਕੋਈ ਤੁਸੀਂ ਤਨਖਾਹਾਂ ਦਿਓ ਜਿਹੜੀਆਂ ਅਸੀਂ ਘਰਾਂ ਨੂੰ ਭੇਜਣੀਆਂ, ਅਤੇ ਅੱਗੇ ਡੱਲੇ ਦਾ ਇਲਾਕਾ ਆ ਜਾਣਾ ਅਤੇ ਤੁਸੀਂ ਤਾਂ ਚੱਲ ਚੱਲੇ, ਤੁਸੀਂ ਸਾਨੂੰ ਲਾਰੇ ਲਾਉਂਦੇ ਰਹੇ ਹਾਂ। ਅਤੇ ਉਸ ਦੇਵਨੇਤ ਨਾਲ ਇੱਕ ਕੋਈ ਖੱਚਰ ਭਰ ਕੇ ਪ੍ਰਾਣੀ ਆਇਆ, ਉਹਨੇ ਮੋਹਰਾਂ ਜਿਹੜੀਆਂ ਸੀ ਉਹ ਕਲਗੀਧਰ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ ਕਿ ਮੈਂ ਬੜੇ ਚਿਰ ਦਾ ਤੁਹਾਨੂੰ ਲੱਭਦਾ ਫਿਰਦਾ, ਦਸਵੰਧ ਦੇਣਾ ਸੀ ਅਤੇ ਤੁਹਾਡੀ ਭੇਟਾ ਤੁਹਾਡੇ ਦੇਣ ਵਾਸਤੇ ਆ, ਅਤੇ ਆ ਲਓ ਮਹਾਰਾਜ। ਕਹਿੰਦੇ ਠੀਕ ਹੈ। ਉਹ ਲੈ ਕੇ ਤਾਂ ਮਹਾਰਾਜ ਢਾਲਾਂ ਭਰ ਕੇ ਸਾਰੇ ਬਰਾੜ ਸਿੰਘਾਂ ਨੂੰ ਨਾਲ ਹਰੇਕ ਨੂੰ ਪੁੱਛਦੇ ਰਹੇ, ਬਰਾੜਾ ਤੈਨੂੰ ਸਿੱਖੀ ਚਾਹੀਦੀ ਆ ਕਿ ਜਾਂ ਮਾਇਆ ਚਾਹੀਦੀ ਆ? ਉਹ ਹਰੇਕ ਹੀ ਕਹਿੰਦਾ ਰਿਹਾ ਮਹਾਰਾਜ ਸਿੱਖੀ ਤਾਂ ਤੇਰੀ ਹੈਗੀ ਆ, ਸਾਡੇ ਕੋਲ ਮਾਇਆ ਦਿਓ ਹੁਣ ਤੁਸੀਂ। ਜਿਸ ਵੇਲੇ ਜਥੇਦਾਰ ਦੀ ਆ ਗਈ ਵਾਰੀ ਅਤੇ ਭਾਈ ਦਾਨ ਸਿੰਘ ਜੀ ਦੀ, ਅਤੇ ਉਸ ਵੇਲੇ ਮਹਾਰਾਜ ਕਹਿੰਦੇ ਵੀ ਹੁਣ ਭਾਈ ਦਾਨਿਆ ਤੈਨੂੰ, ਤੂੰ ਜਥੇਦਾਰ ਆ, ਤੈਨੂੰ ਕੁਝ ਬਹੁਤਾ ਦੇਣਾ ਚਾਹੀਦਾ ਵੀ ਕੀ ਦੇਈਏ ਤੈਨੂੰ, ਰਾਜ ਭਾਗ ਕਿਸੇ ਇਲਾਕੇ ਦਾ ਬਖਸ਼ਿਸ਼ ਜਿਹੜੀ ਹੈ ਤੂੰ ਲੈ ਲਾ, ਅਤੇ ਮਾਇਆ ਜਿੰਨੀ ਕਹੇ ਤਾਂ ਤੈਨੂੰ ਦੂਸਰਿਆਂ ਨਾਲੋਂ ਵੱਧ ਦੇਣੀ ਦੇਣੀ ਆ। ਅਤੇ ਉਹ ਕਹਿੰਦਾ ਮਹਾਰਾਜ ਜੀ ਵੀ ਮੈਨੂੰ ਸਿੱਖੀ ਚਾਹੀਦੀ ਹੈ। ਹਾਂਜੀ, ਫਿਰ ਮਹਾਰਾਜ ਕਹਿੰਦੇ ਬਈ ਸਿੱਖੀ ਤਾਂ ਫਿਰ ਅੰਮ੍ਰਿਤ ਛੱਕ ਕੇ ਮਿਲਣੀ ਆ,
फिर उन्होंने भी यह गल की कहते महाराज देखो मैं पीना हुक्का तो मेरे ढिड दे विच उफारा रहिंदा महाराज कहिंदे तू हुक्का छड्ड दे अज तो तेरे उफारा नहीं रहू फिर वह कहिंदा महाराज बई मैं दाढ़ी तो रखी आई सिक्खी केस रख के इन्हों का फायदा की महाराज कहिंदे साडा सिख जे कुछ कारण करके ना नरक दे विच भी चलिया जाए तो अं रह नहीं देवेंगे देवे केसा तो पछाण के असं उन्होंने फड़ के बहर कढ़ांगे ये इतिहास आ अपना फिर गुरु महाराज कहते कड़ा गे कहना महाराज सिर्फ तुम मेनू डरावे ही दिने जा सची एदा कहता पहला उन्होंने कहा यह भी तर्क की महाराज भी तुम दाढ़ी तो फड़ लियो कहते थले खिंचन गए अभी तो केसा तो फड़ते हैं केस साड़ी मोहर आ फिर कहना महाराज सिर्फ डरावे ही दिने जा सची एदा महाराज कहते तेरे दिल का यह भी भुलेखा कढ़ दिने हूँ जे तू अपने परिवार के कई सौ प्राणियों के नाल क्योंकि बड़े बड़े कबीले होंगे सी अमृत छकिया महाराज कहिंदे भाई दान सिंह तू अज तो बन गया ते दूसरी गल है भी तुसी मालवे की जिहड़ी सिखी आ रखी आ जिवें भाई महा सिंह जी ने माझे की सिक्खी रख ली सी उहदा कारण यह नहीं हुंदा क्योंकि कई बार आप कहने ना कि वह जी सारे इलाके का क्यों कह दिता जिहड़ा मलाह हुंदा बेड़ी ओन पार लंघाउणी हुंदी आ वह बहाना बनता कि मलाह के सिर ते सारा कुछ हुंदा ते सारा पूर जिहड़ा वह मलाह लंघाउंदा आ हुण तुसीं पिछे जिहा देखिया होगा एक मुल्क की शिप डुब गई तो उन्होंने मलाह नूं फड़ के फांसी की सजा मेरा ख्याल उम्र कैद कर दिती है भी तेरा कारण करके सारी शिप डुबी है इस करके मलाह नूं वो सारा कुछ महाराज भाई सतविंदर सिंह जी तुसीं की कहना चाहोगे इन्होंने बड़ा सोहना दिता भाई दान सिंह का प्रमाण भी वेखो पवे वड्डे वड्डे भी सिख साडे विच होए जथेदार भी होए आ जिन्ना चिर अमृत नहीं छक लिया उन्ना चिर महाराज ने उन्होंने प्रवान नहीं किया तुसीं की कहना चाहोगे वो देखो जी वो तो महाराज ने आ सब तो वड्डी तो आप ही एड्डी वड्डी साडे वास्ते मिसाल कायम कर दित्ती गुरु साहब ने आप अमृत छकिया और छकिया भी उसे टाइम ही उसे ये नहीं भी टाइम लाता भी कहण गुरु साहब ने पहलों नहीं छकिया सी बाद च लोगों ने कहा जां संगतां ने कहा महाराज दे ओह गल्ले चलो अभी भी छक लैने पर उस वेले ही सब तो पहले अमृत छकण वाले पंजां प्यारे तो गुरु गोबिंद सिंह अपन सारे नूं पता और असीं इह वी बेनती करदे हुंदे वी गुरु गोबिंद सिंह साहब ने अमृत तैयार कीता उदों बाद च पंज प्यारे अमृत छकाउंदे रहे पर छकाउंदे उत्थे रहे जिथे गुरु साहब आप होण बेनती आ के गुरु साहब नूं करनी अजकल भी अज भी हुण दुनिया दे कोने कोने अमृत तैयार होगा पर होगा उत्थे जिथे गुरु ग्रंथ साहिब जी प्रकाश होणगे उहनां दी हजूरी च उहनां कोल सारा कुछ होगा ते इस वास्ते आपां नूं कोई गुंजाइश ही नहीं रहि जांदी जे आपां कहीए वी कई वारी प्रचार करीदा तो वह कहते हैं देखो जी तुम सानूं नगोरे कहने इदा अं क्या भी भाई देखो जो तुम संगत में बैठे होने गुरबाणी दी तुकां बोलनियां पैंदियां पर जो तुम गुरु घर आए होंने उदों तुम गुरु वाले आ पर तुम है घंटे दो घंटिया वाले वास्ते जिदा गड्डी गैरेज गई होवे ना तो उत्थे पुलिस वाले फड़दे रही कहिंदा मैं तो ठीक कराउण लैके आया मैं तो हो जाणी ठीक एम ओ टी कराउणा जां फलाना बाहर जे जे ना कराई बाहर फेके रह जाऊगा भी तुहाडा ये टाइम जिहड़ा ना इत्थे ना तुसीं गुस्सा करिया करो इत्थे तुसीं गुरु वाले इत्थे कहना ही पैणा भी तुसीं इत्थे तुसीं 10 15 20 मिंट जिद्दां आपां इंश्योरेंस लवा ली दी 2 घंटे 4 घंटे 6 दिन 8 7 दिन पर आपां चाहुंदे आ भी आपां जीवन दे विच मुक्त होण वास्ते 24 आवर फॉर एवर 7 दिन 24 घंटे 12 महीने अपनी स्वाह स्वाद के नाल आपां गुरु दे सिख बनना तो वह बन सकते आपां अमृतधारी हो के फिर तुसीं थोड़ी नशियां की गल की सी भी नशियां दा उत्थे बड़ा दौर चलता भी उस वास्ते आपां नूं अमृती नशे तो बचा सकता तो थोड़ी जी बेनती दास करता हुंदा भी उत्थे थोड़ा जिहा अपना जे मतलब खालसे का बोलबाला हो तो फिर बहुत नशे ठल पाई जा सकती है नहीं तो पर इस वेले जिहड़ियां 4 बजर करैता तो गुरु साहब ने विवर्जित किया ना उन्हों का पूरा जोर आ दुनिया के हैगा ही हैगा पर अपने पंजाब की आप ज़्यादा गल करते हैं भी हरेक तो वह बजर करैता जिहड़ियां कर रहे जे अपन मड़िया मसाणा क्या है ना नहीं मनना चाहिए हुण देखो तुसीं अरब कंट्री दे विच कोई मड़ी कदी कदी मैं टैलीविजन ते मीडिया च कदी नहीं देखी भी मड़ी आ इत्थे मेला लगता फलाना लगता
पर जिन्हें पंजाब दे विच हरे कपड़े पाए होंगे साढ़े अमृतधारी सिख जा जाके उत्थे डके नक रगड़नगे डेरे जी ये मस्तां दा डेरा जी ये फलानियां दा धमकड़ा इन्ना बेड़ा गर्क होया पिया अज उन्हें 62 डे नहीं जिन्नी अज खबरां पढ़ियां हां खबर दसो बनियां भी थोड़े दसो महापुरशां दे वेले नहीं सी फिर ओ कहणगे इक जी मैं बेनती करदा भी इक मतलब नामवर बंदा आ ओ गवैया ते उन्हूं प्रेस रिपोर्टर पुछ रही है भी तू सिखां दा जो उन्हें कहा मैं नहीं कहिंदा उन्हूं कहना चाहिए कि नहीं वो कहिंदी तू जट्टां दा पुत हो के सिखां दा मुंडा हो के भी तू ये मुसलमाना दे विच कत मुसलमान बनिया ते उन्हां दे गीत गाउणा इदां दे करदा इधरले तू ये धर्म च किदां आ गया ਕਹਿੰਦਾ ਕਹਿੰਦਾ ਹੁਣ ਤੂੰ ਮੇਰੇ ਤੋਂ ਗੁਰਦੁਆਰੇ ਨਿੰਦਿਆ ਕਰਾਂਗੀ ਕਹਿੰਦਾ ਮੇਰਾ ਬਾਬਾ ਦਾਦੀ ਕਹਿੰਦਾ 25-30 ਸਾਲ ਪਾਠ ਕਰਦੇ ਰਹੇ ਇੱਦਾਂ ਕਰਦੇ ਉਹਨੇ ਜਾਣੀ ਕਿ ਪੂਰਾ ਅਤੇ ਉਹ ਬੰਦਾ ਵਾਹਵਾ ਪਾਪੂਲਰ ਆ ਮਤਲਬ ਹੈ ਨਾ ਮੇਰੇ ਕੋਲ ਉਹਦਾ ਸਬੂਤ ਹੈਗੇ ਆ ਕਹਿਣ ਤੋਂ ਭਾਵ ਆ ਵੀ ਦੇਖੋ ਉਹਨਾਂ ਨੂੰ ਭਾਈ ਮਰਦਾਨਾ ਜੀ ਭੁੱਲ ਗਏ ਭੀਖਮ ਸ਼ਾਹ ਫਕੀਰ ਭੁੱਲ ਗਿਆ ਪਹਿੰਦੇ ਖਾਂ ਭੁੱਲ ਗਿਆ ਪਹਿਲੇ ਭਾਵੇਂ ਜਾ ਨੂੰ ਸਿੱਖਿਆ ਦੇਣ ਵਾਸਤੇ ਪਹਿੰਦੇ ਖਾਂ ਨੇ ਥੋੜ੍ਹਾ ਜਿਹਾ ਮਨਮਤ ਕੀਤੀ ਪਰ ਪਹਿੰਦੇ ਖਾਂ ਮਤਲਬ ਦੇਖੋ ਗੁਰੂ ਸਾਹਿਬ ਦੇ ਘਰੋਂ ਘਰ 'ਚ ਵਾ ਕੇ ਕਿੰਨੀਆਂ ਉਹਨੇ ਮਤਲਬ ਬਖਸ਼ਿਸ਼ਾਂ ਲਈਆਂ ਰਾਏ ਬਲਾਰ ਹੋਇਆ ਆ ਹੋਰ ਕਿੰਨੇ ਲਖਬੀਰ ਸ਼ਬੀਰ ਹੋਏ ਆ ਜਾਂ ਉਹ ਜਦੋਂ ਆਪਾਂ ਸਿੱਖ ਬਣੇ ਹਾਂ ਗੁਰੂ ਸਾਹਿਬ ਨੇ ਕੋਈ ਸਿੱਖ ਸਪੈਸ਼ਲ ਤਾਂ ਨਹੀਂ ਕਿਤੇ ਲਿਆਂਦੇ ਸੀ ਦੁਨੀਆਂ 'ਚ ਮੁਸਲਮਾਨ ਜਾਂ ਜਿਹੜੀ ਵੀ ਕੌਮਾਂ ਸੀ ਸਿੱਖ ਆਪਣੇ ਹਿੰਦੂ ਸੀਗੇ ਜੋ ਵੀ ਹੈਗੇ ਸਾਰਿਆਂ ਨੂੰ ਸਿੱਖਿਆ ਦੇ ਕੇ ਆਪਣੀ ਬਣਾਇਆ ਅਤੇ ਜੇ ਆਪਾਂ ਗੁਰੂ ਸਾਹਿਬ ਦੀ ਸਿੱਖਿਆ ਲੈ ਕੇ ਦਸਾਂ ਗੁਰੂਆਂ ਦੇ ਇੰਨੇ ਕੌਤਕ ਦੇਖ ਕੇ ਇੰਨੇ ਫਾਇਦੇ ਲੈ ਕੇ ਅਤੇ ਫਿਰ ਅਸੀਂ ਜਾ ਕੇ ਮੜੀਆਂ ਮਸਾਣਾਂ ਨਾਲ ਅਤੇ ਉਹਨਾਂ ਨਾਲ ਕਬਰਾਂ ਨਾਲ ਜੋੜਨਾ ਅਤੇ ਕਬਰਾਂ ਨੂੰ ਚੰਗੇ ਕਰਨਾ ਦੇ ਕਿੱਥੋਂ ਦੀ ਗੱਲ ਆ ਬੜੀ ਵਧੀਆ ਕਹੀ ਆਪਣੇ ਜਥੇਦਾਰ ਜੀ ਵੇਖੋ ਮੁਸਲਮਾਨ ਕਦੀ ਵੀ ਕੋਈ ਕਬਰ ਨਹੀਂ ਬਣਾਉਂਦਾ ਬਣਾਉਂਦੇ ਨਹੀਂ ਔਰ ਉਹ ਕਦੀ ਨਹੀਂ ਮੰਨਦਾ ਮਾਰੇ ਗੁਰੂ ਨਾਨਕ ਸਾਹਿਬ ਮਰਦਾਨੇ ਨੂੰ ਕਹਿੰਦਾ ਮਰਦਾਨੇ ਤੇਰੀ ਕੋਈ ਬਣਾ ਦਈਏ ਜਗ੍ਹਾ ਮਹਾਰਾਜ ਇੱਕ ਕਬਰ ਚੋਂ ਕੱਢਣ ਲੱਗੇ ਹੋ ਤੇ ਫਿਰ ਤੁਸੀਂ ਇਹ ਕੰਮ ਮਹਾਰਾਜ ਇਹ ਕੰਮ ਨਾ ਕਿੰਨੀ ਬਖਸ਼ਿਸ਼ ਕੀਤੀ ਮਰਦਾਨੇ ਜੀ ਨੇ ਇਸ ਵਾਸਤੇ ਸਿੱਖ ਨੂੰ ਕਦੀ ਭੁੱਲ ਕੇ ਵੀ ਮਹਾਰਾਜ ਨੇ ਇਸ ਕਰਕੇ ਕਿਹਾ ਗੋਰ ਮੜੀ ਮੱਠ ਭੂਲ ਨਾ ਮੰਨੇ ਸਿੱਖ ਭੁੱਲ ਕੇ ਨਾ ਮੰਨੇ ਤੇ ਅੱਜ ਸਿੱਖ ਦਾ ਸੀਸ ਇੱਥੇ ਕਿਉਂ ਝੁਕਦਾ ਤੇ ਪਰ ਜੇ ਸਿੱਖਾਂ ਦਾ ਬੋਲਬਾਲਾ ਹੋਵੇ ਆ ਬੇਨਤੀ ਕਰਦਾ ਤੁਸੀਂ ਕਹਿੰਦਾ ਵੀ ਉੱਥੇ ਨਸ਼ੇ ਆ ਜਾਂ ਇੱਦਾਂ ਆ ਹੁਣ ਮੀਡੀਆ ਦਾ ਯੁੱਗ ਆ ਆਪਾਂ ਦੇਖਦੇ ਹਾਂ ਲੋਕਾਂ ਨੂੰ ਵੀ ਤਾਂ ਆਪਾਂ ਆਪ ਵੀ ਜਾਂਦੇ ਆਉਂਦੇ ਆਪਾਂ ਨੂੰ ਪਤਾ ਤੁਸੀਂ ਅਰਬ ਕੰਟਰੀਆਂ 'ਚ ਲੋਕ ਆਪਣੇ ਹੋਲੀਡੇ ਜਾਂਦੇ ਆ ਕਿਉਂਕਿ ਉੱਥੇ ਗਰਮੀ ਜ਼ਿਆਦੀ ਆ ਸਿਆਲਾਂ ਨੂੰ ਵੀ ਜਾਇਆ ਜਾਂਦਾ ਹੋਰ ਕੰਟਰੀਆਂ 'ਚ ਵੀ ਜਾਂਦੇ ਆ ਪਰ ਕੋਈ ਐਸੇ ਦੇਸ਼ ਆ ਜਿੱਥੇ ਸ਼ਰਾਬ ਪੀਣ ਵਾਲੇ ਕਤਲ ਕਰਨ ਵਾਲੇ ਲੁੱਟਾਂ ਖੋਹਾਂ ਕਰਨ ਵਾਲੇ ਬਲਾਤਕਾਰੀ ਬੰਦੇ ਉੱਥੇ ਜਾ ਕੇ ਦੇਵਤੇ ਬਣ ਕੇ ਕਦੋਂ ਰਹਿੰਦੇ ਆ ਉਹਨਾਂ ਨੂੰ ਪਤਾ ਆ ਵੀ ਇੱਥੇ ਜੇ ਅਸੀਂ ਸ਼ਰਾਰਤ ਕੀਤੀ ਵੀ ਜਿਹਨਾਂ ਦਾ ਰਾਜ ਆ ਉਹ ਸਾਡਾ ਮਤਲਬ ਅੰਗ ਅੰਗ ਕਰਕੇ ਵੱਢਣਗੇ ਪਰ ਆਪਾਂ ਵੱਢ ਹੁੰਦਾ ਉੱਦਾਂ ਕਦੀ ਇੱਦਾਂ ਹੋਲੀਡੇ ਗਿਆ ਜਾਂ ਇੱਦਾਂ ਕਹਿ ਲਓ ਵੀ ਇਹ ਸ਼ਰਾਰਤ ਕਰਦਾ ਨਹੀਂ ਜੇ ਹੋਰ ਕੋਈ ਨੀਤੀ ਪੋਲੀਟਿਕਸ ਚੱਲੇ ਤਾਂ ਕੋਈ ਵੱਖਰੀ ਗੱਲ ਆ ਪਰ ਉੱਥੇ ਡਰ ਪੈਦਾ ਹੁੰਦਾ ਕਿ ਨਹੀਂ ਜੀ ਅਤੇ ਜੇ ਪੰਜਾਬ ਦੇ ਵਿੱਚ ਵੀ ਕੋਈ ਸਿੱਖਾਂ ਦਾ ਬੋਲਬਾਲਾ ਹੋਵੇ ਖਾਲਸੇ ਦਾ ਰਾਜ ਹੋਵੇ ਚੜ੍ਹਦੀ ਕਲਾ ਹੋਵੇ ਜਿੱਦਾਂ ਆਪਾਂ ਕਈ ਵਾਰੀ ਖਬਰਾਂ 'ਚ ਪੜ੍ਹਦੇ ਹੁੰਦੇ ਵੀ ਕਈ ਪ੍ਰੈਸ ਰਿਪੋਰਟਰ ਜਾਂ ਇੱਦਾਂ ਜਾਂ ਪਰਿਵਾਰ ਕਹਿਣਗੇ ਵੀ ਅੱਜ ਭਿੰਡਰਾਂ ਵਾਲੇ ਦੀ ਲੋੜ ਆ ਵੀ ਜਿਹੜਾ ਕਹਿੰਦਾ ਸੀ ਧੀਆਂ ਭੈਣਾਂ ਦੀ ਇੱਥੇ ਲੁੱਟਣ ਵਾਲਾ ਅਤੇ ਗੁਰੂ ਗ੍ਰੰਥ ਸਾਹਿਬ ਨੂੰ ਅੱਗ ਲਾਉਣ ਵਾਲਾ ਜਿਹੜਾ ਉਹਨੂੰ ਸਜ਼ਾ ਦਿਓ ਠੀਕ ਆ ਖਬਰਾਂ ਦੇ ਵਿੱਚ ਪੜ੍ਹ ਰਹੇ ਤੁਸੀਂ ਇੱਕ ਸ਼ਹਿਰ ਵਿੱਚ ਇੱਕ ਦਿਨ ਦੇ ਵਿੱਚ 3 ਬਲਾਤਕਾਰ ਹੋ ਰਹੇ ਆ ਹਾਂਜੀ ਜੇ ਸਾਡੇ ਉਹ ਧੀਆਂ ਦਾ ਸਿਰ ਢਗਿਆ ਹੋਵੇ ਅੰਮ੍ਰਿਤਧਾਰੀ ਹੋਣ ਹਾਂਜੀ ਤੇ ਭਾਈ ਸਾਹਿਬ ਜੀ ਕਿਰਪਾਨਾਂ ਬੜੀਆਂ ਵਧੀਆ ਮਿਲਦੀਆਂ ਨੇ ਮਹਾਰਾਜ ਦੇ ਵੇਲੇ ਤੋਂ ਕਿਰਪਾਨਾਂ ਅੱਜ ਵੀ ਬੜੀਆਂ ਸੋਹਣੀਆਂ ਬਣਾਈਆਂ ਜਾਂਦੀਆਂ ਨੇ ਜਿਹੜੀਆਂ ਕਿ ਭਾਵੇਂ ਸੰਜੋਗ ਪਾਈ ਹੋਈ ਸੀ ਵਿਚੋਂ ਲੰਘ ਜਾਂਦੀ ਜੇ ਸਾਡੇ ਉਹਨਾਂ ਧੀਆਂ ਦੇ ਇਹੋ ਜਿਹੀਆਂ ਕਿਰਪਾਨਾਂ ਪਾਈਆਂ ਹੋਣ ਤੇ ਮਜਾਲ ਜੁਰਤ ਕੀ ਵੀ ਬਲਾਤਕਾਰ ਹੋ ਜਾਣਾ ਬਿਲਕੁਲ ਜੀ ਪਰ ਹਾਲਾਤ ਵੀ ਇਦਾਂ ਦੇ ਉੱਤੇ ਸਾਡੀਆਂ ਧੀਆਂ ਦਾ ਵੀ ਉਹ ਹਾਲਾਤ ਉਹੋ ਜਿਹਾ ਸਾਡੇ ਵਾਲ ਖੁੱਲੇ ਬਿਲਕੁਲ ਅਸੀਂ ਅੱਜ ਮਾਫ ਕਰ ਦਿਓ ਨਸ਼ਿਆਂ ਵਿੱਚ ਜਿੱਥੇ ਲੜਕੇ ਹੀ ਨਹੀਂ ਲੜਕੀਆਂ ਵੀ ਪਿੱਛੇ ਨਹੀਂ ਰਹੀਆਂ ਹਾਲਾਤ ਨਹੀਂ ਉਹ ਸਾਰਿਆਂ ਵਾਸਤੇ ਹੀ ਆ ਹਾਲਾਤ ਇਦਾਂ ਦੇ ਪੈਦਾ ਹੋਏ ਜੀ ਪੰਜਾਬ ਵਿੱਚ ਤੁਸੀਂ ਦੇਖ ਲਓ ਵੀ ਇਦਾਂ ਦੇ ਮੇਲੇ ਜਿਹੜੇ ਬੰਦੇ ਤੁਹਾਨੂੰ 5-5, 10-10 ਲੱਖ 'ਚ ਵੀ ਗਵਈਏ ਨਹੀਂ ਲੱਭਦੇ ਉੱਥੇ ਜਾ ਕੇ ਉਹ ਗਾਉਂਦੇ ਆ ਤੇ ਉੱਥੇ ਜਾ ਕੇ ਆਪਣੇ ਪਰਿਵਾਰ ਹੋਰ ਸਿੱਖ ਹੋਰ ਜਾ ਕੇ ਉਹਨਾਂ ਤੋਂ ਨੋਟ ਸਿੱਟੀ ਜਾਂਦੇ ਆ ਤੇ ਜਦੋਂ ਇੱਥੇ ਆਉਂਦੇ ਉਹਨਾਂ ਨੂੰ ਵੀ ਫੇਰ ਬੱਲੇ ਬੱਲੇ ਮੋਹਰੇ ਹੋ ਜਾਏ ਇਹ ਚੀਜ਼ ਵੱਲ ਆਪਾਂ ਨੂੰ ਬਹੁਤ ਖਿਆਲ ਰੱਖਣ ਦੀ ਲੋੜ ਆ ਪਿਆਰ ਵਾਲੇ ਆ ਤੇ ਉਹ ਕਹਿਣ ਲੱਗੇ ਵੀ ਅਸੀਂ ਉਹਨਾਂ ਨੇ ਵਿਆਹ ਕਰਕੇ ਆਏ ਕਹਿਣ ਲੱਗੇ ਸੀ ਅਸੀਂ ਦਰਬਾਰ ਸਾਹਿਬ ਤੋਂ ਕੀਰਤਨ ਸਿੰਘ ਲੈ ਕੇ ਗਏ ਸੀਗੇ ਮੇਰੇ ਤੱਕ ਉਹਨਾਂ ਨੇ ਇਤਰਾਜ਼ ਕੀਤਾ ਹਾਂਜੀ ਵੇਖੋ ਜੀ ਸਾਡੇ ਨਾਲ ਤਾਂ ਉਹਨਾਂ ਨੇ ਗੱਲ ਕੀਤੀ ਸੀ ਅਸੀਂ ਉੱਥੋਂ ਬੰਦੇ ਭੇਜੇ ਸੀ ਤੇ ਉਹਨਾਂ ਨੇ 10,000 ਕਿਹਾ ਸੀ ਸਾਡੇ ਕਹਿਣ ਤੋਂ ਉਹਨਾਂ 13 ਲੈ ਲਿਆ 3 ਵੱਧ ਲੈ ਲਿਆ ਮੈਂ ਕਿਹਾ ਫਿਰ ਕੀ ਹੋ ਗਿਆ ਦਰਬਾਰ ਸਾਹਿਬ ਦੇ ਕੀਰਤਨ ਸੀ ਜੇ 13 ਲੈ ਲਿਆ ਕੀ ਹੋ ਗਿਆ ਬਿਲਕੁਲ ਜੀ ਇੱਕ ਗਾਉਣ ਵਾਲਾ ਮੰਗਾਇਆ ਗਿਆ ਤੇ ਉਹਨੂੰ 7 ਲੱਖ ਦਿੱਤਾ ਗਿਆ ਦਿੰਦੇ ਜੀ ਦਿੰਦੇ ਆ ਕੀ ਗੁਰੂ ਘਰ ਦਾ ਜਸ ਕਰਨ ਵਾਲਿਆਂ ਦੀ ਇੰਨੀ ਕੋਈ ਕਦਰੀ ਆ ਉਹੋ ਹੀ ਮਤਲਬ ਅਸੀਂ ਗੁਰੂ ਤੋਂ ਇੰਨੇ ਦੂਰ ਹੋ ਗਏ ਆ ਵੀ ਸਾਨੂੰ ਗੁਰੂ ਦੀ ਕੋਈ ਭਾਵਨਾ ਨਹੀਂ ਵੀ ਉਹ ਦਰਬਾਰ ਸਾਹਿਬ ਸੱਚਖੰਡ ਤੋਂ ਇੱਕ ਰਾਗੀ ਜਥਾ ਆਇਆ ਉਹਨਾਂ ਵਾਸਤੇ ਉਹ ਵੀ ਜ਼ਿਆਦਾ ਹਾਲਾਤ ਹੀ ਇੱਦਾਂ ਦੇ ਪ੍ਰਚਾਰ ਹੀ ਇੱਦਾਂ ਦਾ ਕੀਤਾ ਜਾਂਦਾ ਆ ਮਤਲਬ ਉਹ ਗਵਈਏ ਗੀਤ ਹੀ ਇੱਦਾਂ ਦੇ ਗਾਉਂਦੇ ਆ ਧਰਮ ਤੋਂ ਤੋੜੀ ਚੱਲੇ ਜਾਂਦੇ ਆ
ਧੋਤੀ ਪੋਥੀ ਛੱਡੋ, ਦਿਲ ਸਾਫ਼ ਹੋਣਾ ਚਾਹੀਦਾ। ਦੱਸੋ ਕਿ ਜਿਹੜੇ ਸਾਡੇ ਨੌਜਵਾਨ ਆ ਮੁੰਡੇ, ਉਹ ਤਾਂ ਅੱਗੇ ਤੁਹਾਨੂੰ ਪਤਾ ਹੀ ਆ ਵੀ ਨਿਆਣੇ ਕਿੱਥੇ ਤੜਕੇ ਉੱਠਣਾ ਚਾਹੁੰਦੇ ਆ ਤੇ ਕਿੱਥੇ ਸੱਤ ਬਾਣੀਆਂ ਕਰਨੀਆਂ ਚਾਹੁੰਦੇ ਆ। ਕਹਿੰਦੇ ਆ ਇਸ ਕਰਕੇ ਹੀ ਵੀ ਉਹ ਦਰਬਾਰ ਸਾਹਿਬ ਦੇ ਵਿੱਚ ਕੰਦਰੀਆਂ ਨੇ ਚਾਹੁੰਦਾ ਸੀ, ਹਾਂਜੀ ਇਸੇ ਕਰਕੇ ਮਾੜਾ ਕਹਿੰਦੇ ਨਾ। ਬਿਲਕੁਲ, ਅੱਜ ਅਸੀਂ ਕੀ ਕਰ ਰਹੇ ਹਾਂ ਸਾਰੇ ਤਾਂ ਹੀ, ਅੱਜ ਅਸੀਂ ਕੀ ਕਰ ਰਹੇ ਹਾਂ ਅਸੀਂ ਅਸੀਂ ਚੰਗੇ ਅਸੀਂ ਕੀ ਕਰ ਰਹੇ ਦੇਖੋ। ਅੱਜ ਅਸੀਂ ਗੁਰੂ ਸਾਹਿਬ ਦੇ ਵੇਖੋ ਬੱਚੇ ਨੂੰ ਜਨਮ ਤੋਂ ਲੈ ਕੇ ਸਾਨੂੰ ਆਸਾ ਸੀ ਕਦੋਂ ਦੇਣ ਆਵੇ ਤੇ ਅਸੀਂ ਗੁਰੂ ਮਹਾਰਾਜ ਤੋਂ ਅਸੀਸਾਂ ਲਈ ਅਜੇ ਘੰਟਾ ਨਹੀਂ ਹੋਇਆ ਤੇ ਅਸੀਂ ਸਾਡੀਆਂ ਧੀਆਂ ਭੈਣਾਂ ਸਾਹਿਬ ਬੈਠੀਆਂ ਨੇ ਤੇ ਕੀ ਅਸੀਂ ਸਾਡੀ ਉਹ ਵੀ ਸਾਡੀਆਂ ਧੀਆਂ ਨੇ। ਬਿਲਕੁਲ ਜੀ, ਜਿਹੜੀਆਂ ਸਾਨੂੰ ਸਾਰਾ ਕੁਝ ਨੱਚ ਟੱਪ ਕੇ ਦਿਖਾ ਰਹੀਆਂ ਨੇ ਕੀ ਸਾਨੂੰ ਅੱਜ ਪਿਓ ਬੈਠਾ ਸਹੁਰਾ ਬੈਠਾ ਮਾਂ ਭੈਣ ਸਾਰੀਆਂ ਸਾਡੀਆਂ ਧੀਆਂ ਬੈਠੀਆਂ ਨੇ ਕੀ ਅਸੀਂ ਅੱਜ ਉਹਦੇ ਮਸੇ ਰੰਗਣੋਂ ਘੱਟ ਆ ਜੀ। ਬਿਲਕੁਲ ਜੀ, ਘਰ ਘਰ ਨਾਲੇ ਆਪਣੇ ਹੱਥ ਪਾਸ ਆ ਜੀ ਉਹ ਗੱਲ, ਮਤਲਬ ਆਪਾਂ ਕਹਿ ਸਕਦੇ ਆ ਵੀ ਨਹੀਂ ਫਿਰ ਮੈਨੂੰ ਮਾਫ ਕਰ ਦਿਓ ਕਿ ਅੱਜ ਅਸੀਂ ਸੁਖੀ ਆ ਦੁਖੀ। ਦੇਖੋ ਨਾ ਬੀਜ ਬੀਜ ਰਿਹਾ ਸੀ। ਬਿਲਕੁਲ ਸਾਹਮਣੇ ਆ ਰਿਹਾ। ਦੇਖੋ ਜੀ ਜਦੋਂ ਗਿਆਨੀ ਜੀ ਆਪਾਂ ਕਿਸੇ ਸਟੇਟ ਚ ਰਹਿੰਦੇ ਹੋਈਏ ਨਾ, ਉੱਥੇ 500 ਜਾਂ 200 ਘਰ ਹੋਵੇ ਤੇ ਜੇ ਆਪਣੀ ਕਾਰ ਨਹੀਂ ਭੱਜੀ ਜਾਂ ਆਪਣੀ ਚੋਰੀ ਨਹੀਂ ਹੋਈ, ਗੁਆਂਢੀਆਂ ਦੀ ਹੁੰਦੀ ਹੈ ਦੂਜਿਆਂ ਦੀ ਹੁੰਦੀ ਹੈ, ਤਾਂ ਆਪਾਂ ਕਹੀਏ ਚਲੋ ਹੋਈ ਜਾਵੇ, ਉਹ ਇਹ ਨਹੀਂ ਪਤਾ ਵੀ ਅਗਲੇ ਸਾਲ ਸਾਰਿਆਂ ਦਾ ਨੋ ਕਲੇਮ ਬੋਨਸ ਵੱਧ ਜਾਣਾ, ਸਾਰਿਆਂ ਦੀ ਇੰਸ਼ੋਰੈਂਸ ਅੱਪ ਚੱਲ ਜਾਣੀ ਹੈ ਤੇ ਇੱਥੇ ਮਤਲਬ ਤੋਂ ਕੋਈ ਕਦਰ ਨਹੀਂ ਰਹਿਣੀ। ਇਸ ਕਰਕੇ ਆਪਾਂ ਸਾਰਿਆਂ ਨੂੰ ਇੱਕ ਦੂਜੇ ਦੇ ਨਾਲ ਕੋਪਰੇਟ ਕਰਕੇ ਤਾਂ ਕਰਨਾ ਚਾਹੀਦਾ, ਨਹੀਂ ਤਾਂ ਜੇ ਪੰਜਾਬ 'ਚ ਨਸ਼ੇ ਲੱਗਦੇ, ਜਿਹੜੇ ਨਸ਼ੇ ਲਾਉਣ ਵਾਲੇ ਆ ਉਹਨਾਂ ਦੇ ਜਿਹੜੇ ਨਸ਼ੇ ਲਾਉਂਦੇ ਆ ਨਾ ਉਹ ਖਾਸ ਮਤਲਬ ਹਦਾਇਤਾਂ ਆ ਵੀ ਇਹਨਾਂ ਨੂੰ ਕੁਛ ਨਹੀਂ ਕਹਿਣਾ, ਡਰੱਗ ਵੇਚਣ ਵਾਲਿਆਂ ਨੂੰ ਵੀ, ਖਾਣ ਵਾਲਿਆਂ ਨੂੰ ਵੀ, ਹੋਰ ਕਈ ਤੁਹਾਨੂੰ ਪਤਾ ਵੀ ਅੱਜ ਤੋਂ 40 ਸਾਲ ਪਹਿਲਾਂ ਕਿਤੇ ਮੁਸ਼ਕ ਆ ਜਾਵੇ ਕਦੀ ਸ਼ਰਾਬ ਕਰਦੇ, ਅਗਲੇ ਉਸ ਪਹਿਲਾਂ ਤਾਂ ਪਿੰਡ 'ਚ ਉਹਨੂੰ ਕੁੱਟਦੇ ਹੁੰਦੇ ਸੀ ਪੁਲਿਸ ਵਾਲੇ, ਹੁਣ ਕੁਛ ਕਹਿੰਦੇ ਨਹੀਂ, ਹੁਣ ਫੜਦੇ ਨਹੀਂ, ਕੋਈ ਪ੍ਰੋਬਲਮ ਹੀ ਨਹੀਂ, ਲੈ ਜਾਓ ਜੇਲ੍ਹ 'ਚ। ਮੈਂ ਕੱਲ੍ਹ ਇੱਕ ਤੋਂ ਕਿਸੇ ਤੋਂ ਖਬਰਾਂ ਸੁਣਦਾ ਸੀ, ਕਹਿੰਦੇ ਜੇਲ੍ਹ ਦੇ ਵਿੱਚ ਨਸ਼ਿਆਂ ਦੀ ਪਰਵਾਹ ਹੀ ਕੋਈ ਨਹੀਂ, ਉੱਦਾਂ ਹੀ ਭਾਵੇਂ ਤੁਸੀਂ ਫੇਸਬੁੱਕਾਂ 'ਚ ਲਾਈ ਜਾਂਦੇ ਆ, ਟੈਲੀਫੋਨ ਵਰਤੀ ਜਾਂਦੇ ਆ ਬਦਮਾਸ਼ ਬੰਦੇ, ਅਤੇ ਸਾਰਾ ਕੁਛ ਕਰੀ ਜਾਂਦੇ ਆ ਅਤੇ ਡਰੱਗ ਜਾਂਦੇ ਇੱਕਦਮ, ਕੋਈ ਪ੍ਰੋਬਲਮ ਹੀ ਨਹੀਂ ਕਿ ਪੈਸੇ ਦੇ ਕੇ ਟੈਲੀਫੋਨ ਵਰਤੀ ਜਾਓ, ਕਾਹਦੀ ਜੇਲ੍ਹ ਹੋ ਗਈ। ਸੋ ਆਪਾਂ ਆਪਣੇ ਵਿਸ਼ੇ ਵੱਲ ਆਈਏ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਡੇ 'ਤੇ ਰਹਿਮਤ ਕੀਤੀ, ਆਪਾਂ ਪਿਛਲੇ ਐਪੀਸੋਡ 'ਚ ਗੱਲ ਕਰ ਰਹੇ ਸੀਗੇ ਜਿੱਥੇ ਮਹਾਰਾਜ ਨੇ ਕਿਰਪਾ ਕੀਤੀ ਸੀ, ਕਕਾਰਾਂ ਦੀ ਕੀਤੀ ਅਤੇ ਨਾਲ ਪੰਜ ਬਾਣੀਆਂ ਦੀ ਕਰਕੇ ਕਕਾਰਾਂ ਦੀ ਕਰ ਰਹੇ ਸੀ, ਆਪਾਂ ਕੇਸਾਂ ਦੀ ਗੱਲ ਕੀਤੀ ਸੀ, ਕੇਸਾਂ ਦੇ ਨਾਲ ਨਾਲ ਫਿਰ ਆਪਾਂ ਕੰਘੇ ਦੀ ਗੱਲ ਕੀਤੀ। ਮਹਾਰਾਜ ਨੇ ਕੇਸ ਜਿਹੜੇ ਸਿਰ ਦੀ ਚੋਟੀ ਤੋਂ ਲੈ ਕੇ ਪੈਰ ਦੇ ਅੰਗੂਠੇ ਤੱਕ ਮਹਾਰਾਜ ਨੇ ਸਾਫ਼ ਸੂਰਤ ਜਿਹੋ ਜਿਹੀ ਮਾਲਕ ਨੇ ਬਣਾਈ ਹੈ ਉਹਨੂੰ ਸਾਫ਼ ਸੂਰਤ ਰੱਖਣਾ ਅਤੇ ਇਹਨਾਂ ਕੇਸਾਂ ਦੀ ਸੰਭਾਲ ਵਾਸਤੇ ਸਾਫ਼ ਸੂਰਤ ਸਿੱਧਾ ਲਾੜਾ ਕਾਠਕਾ ਕੰਘਾ ਕੇਸੀ ਚੜਾ ਮਹਾਰਾਜ ਨੇ ਬਖਸ਼ਿਸ਼ ਕੀਤਾ, ਇਹ ਕੜਾ ਮਹਾਰਾਜ ਨੇ ਬਖਸ਼ਿਸ਼ ਕੀਤਾ ਵੀ ਇਹਨਾਂ ਥਾਂ ਚੋਰੀ ਯਾਰੀ ਠੱਗੀ ਨਹੀਂ ਕਰਨੀ, ਕਿਰਪਾਨ ਪਾਣ ਧਾਰੀਆਂ ਸੋ ਕਰੋੜਾਂ ਪਾਪਾਂ ਨੂੰ ਟਾਲ ਜਹਿ ਮੈਣ ਮਿੱਤਰੀ ਸਮੇਂ ਦੁਸ਼ਟ ਕਾਵੇ ਮਹਾਰਾਜ ਨੇ ਬਖਸ਼ਿਸ਼ ਕੀਤੀ। ਇੱਕ ਕਸ਼ਹਿਰਾ ਰਹਿ ਗਿਆ ਸੀਗਾ ਜੀ, ਅਤੇ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ, ਜਿਹੜਾ ਮਹਾਰਾਜ ਨੇ ਜਾਸਾ ਦੀ ਨਿਸ਼ਾਨੀ ਸਿੱਖ ਨੂੰ ਕਸ਼ਹਿਰਾ ਬਖਸ਼ਿਆ, ਇਹਦੇ ਬਾਰੇ ਕੀ ਕਹਿਣਾ ਚਾਹੋਗੇ ਭਾਈ ਚੰਦ ਸਿੰਘ ਜੀ? ਦੇਖੋ ਜੀ, ਇਹਦਾ ਤੁਸੀਂ ਗਿਆਨੀ ਸਿੰਘ ਆ, ਅੰਮ੍ਰਿਤ ਛਕਾਉਂਦੇ ਹਾਂ ਅਸੀਂ ਤਾਂ ਤੁਹਾਡੇ, ਤੁਹਾਨੂੰ ਵੀ ਤੁਸੀਂ ਅੰਮ੍ਰਿਤ ਛਕਿਆ, ਤੁਹਾਡੇ ਪਾਸੋਂ ਸੁਣਿਆ ਉਹੀ ਦੱਸਣ ਲੱਗੇ ਹਾਂ। ਇਹਦਾ ਇਤਿਹਾਸ ਤਾਂ ਹੈਗਾ ਬਹੁਤ ਲੰਬਾ, ਪਰ ਉਧਰਲੇ ਪਾਸੇ ਵੱਲ ਨੂੰ ਨਾ ਜਾਈਏ, ਕਿਉਂਕਿ ਜਦੋਂ ਜੇ ਕੋਈ ਚੀਜ਼ ਸੁਣਾਉਣੀ ਹੋਵੇ ਤਾਂ ਉਹ ਪੂਰੀ ਕਹਿਣੀ ਚਾਹੀਦੀ ਹੈ, ਤੇ ਅੱਧੀ ਗੱਲ ਜਿਹੜੀ ਆ ਉਹ ਕਈ ਵਾਰੀ ਖਤਰਨਾਕ ਬਣ ਜਾਂਦੀ ਹੈ। ਜਿਹੜੀ ਤੁਸੀਂ ਗੱਲ ਕੀਤੀ ਹੈ ਜੱਤ ਸਾਦਾ, ਇਸੇ ਕਰਕੇ ਸਾਨੂੰ ਜਿਹੜਾ ਕਛਹਿਰਾ ਸੀ ਉਹ ਪਹਿਲਾਂ ਆਪਣੇ, ਹੁਣ ਤਾਂ ਸਾਈਜ਼ ਵੀ ਇਹਦਾ ਘਟਾ ਘਟਾ ਕੇ ਆਪਾਂ ਜਾਣੀ ਨਿੱਕਾ ਹੀ ਰੱਖ ਲਿਆ, ਪਰ ਸਾਡੇ ਵਾਸਤੇ ਹੁਕਮ ਤਾਂ ਹੈਗਾ ਪੂਰਾ ਕਛਹਿਰਾ ਜਿਹੜਾ ਗੋਡਿਆਂ ਨੂੰ ਢੱਕਦਾ ਹੋਵੇ ਇੱਥੋਂ ਤੱਕ ਤੇ ਉਹ ਭੀੜੇ ਪਹੁੰਚੇ ਵਾਲਾ ਹੋਵੇ, ਹੈ ਕਿ ਨਹੀਂ, ਆਹ ਸਾਰੇ ਇੱਥੋਂ ਤੱਕ ਹੋਣਾ ਚਾਹੀਦਾ। ਤੇ ਦੂਸਰੀ ਗੱਲ ਹੈਗੀ ਆ ਇਹ ਵੀ ਉਹਦਾ ਜਿਹੜੀ ਜੱਤ ਸਾਧ ਦੀ ਨਿਸ਼ਾਨੀ ਕਹਿ ਦਿੰਦੇ ਜੀ ਕਛਹਿਰੇ ਮਿਲਦੇ ਨਹੀਂ, ਜੇ ਤੁਹਾਨੂੰ ਕਛਹਿਰੇ ਨਾ ਮਿਲਣ ਦੱਸ ਨਾਲ ਸੰਪਰਕ ਕਰਿਓ ਕਰੋ, 200 ਬੰਦੇ ਤੇ ਕਕਾਰ ਹਾਜ਼ਰ ਪਏ ਨੇ, ਕਿਸੇ ਨੂੰ ਕਕਾਰਾਂ ਦੀ ਲੋੜ ਹੋਵੇ ਜਦੋਂ ਮਰਜ਼ੀ ਕੋਈ ਭੇਟਾ ਨਹੀਂ ਤੁਸੀਂ ਦੱਸ ਨਾਲ ਸੰਪਰਕ ਕਰੋ, ਜਦੋਂ ਉਹਦੀ ਲਿਆ ਵੱਡੇ ਕਛਹਿਰੇ ਚਾਹੀਦੇ ਹੁਣ ਛੋਟੇ ਚਾਹੀਦੇ ਹੁਣ 10 ਦੇ ਨਾਲ ਦੇ ਸਿੰਘ 12 ਜਿੰਨੇ 17-18 ਸਾਰੇ ਨੰਡੋ ਤੋਂ ਕਛਹਿਰੇ ਜਾਂ ਜਿੰਨੇ 50 ਪੈਰਾਂ ਦੇ ਸਿੰਘ ਦੱਸ ਕੋਲ 2.5-2.5 ਮੀਟਰ ਦੇ ਕਛਹਿਰੇ ਜਿੰਨੇ ਚਾਹੀਦੇ ਹੁਣ ਕੋਈ ਵੀ ਚਾਹੀਦਾ ਵਾ ਚੀਜ਼ ਸੰਪਰਕ ਕਰ ਸਕਦੇ, ਇਹ ਨਹੀਂ ਸਾਰੇ ਨਹੀਂ ਵਿੱਚੋਂ ਜਿਨ੍ਹਾਂ ਦਾ ਕੋਈ ਮਾੜਾ ਮੋਟਾ ਕੱਚ ਹੈ ਨਾ ਅੰਦਰ ਅਜੇ ਪੂਰਾ ਨਹੀਂ, ਉਹ ਕਿਰਪਾਨ ਛੋਟੀ ਪਾਉਣੀ ਛੋਟਾ ਕਛਹਿਰਾ ਪਾਉਣਾ, ਜਿਹੜੇ ਬੜੇ ਪਿਆਰ ਵਾਲੇ ਆ ਪਸੰਗੀ ਨਵੇਂ ਸਾਹਿਤੇ ਪੂਰੇ ਵੱਡੇ ਕਛਹਿਰੇ ਪਾਉਂਦੇ ਆ ਸਤਿਗੁਰ ਦੀ ਕਿਰਪਾ। ਹਾਂਜੀ, ਕਛਹਿਰੇ ਬਾਰੇ ਉਹਦਾ ਮਤਲਬ ਜਿਹੜੇ ਉਸ ਸਮਾਂ ਸੀਗਾ ਉਸ ਤੋਂ ਬਾਅਦ ਵੀ ਇਹ ਚੱਲਦਾ ਰਿਹਾ ਜਦੋਂ ਮਹਾਰਾਜ ਨੇ ਕਛਹਿਰਾ ਸਿੱਖਾਂ ਨੂੰ ਪਹਿਰਾਵੇ ਦੇ ਵਿੱਚ ਦਿੱਤਾ। ਲੋਕ ਆਮ ਤੌਰ 'ਤੇ ਧੋਤੀਆਂ ਲੁੰਗੀਆਂ ਕਈ ਤਰ੍ਹਾਂ ਦੇ ਨਾਲ ਜਾਂਗੀਏ ਜਾਣੀ ਮਤਲਬ ਉਹ ਅੱਧ ਪਚੱਧ ਨੰਗ ਜਿਹਾ ਹੀ ਸੀ, ਹਾਂਜੀ, ਇਸ ਕਰਕੇ ਗੁਰੂ ਸਾਹਿਬ ਨੇ ਪੂਰਾ ਸਾਨੂੰ ਢੱਕਣ ਵਾਸਤੇ ਜਿਹੜੇ ਹੁਣ ਵੀ ਕਹਿੰਦੇ ਆ ਜਿਉਂਦਿਆਂ ਤੇ ਮਰਿਆਂ ਦਾ ਪੜਦਾ, ਹੁਣ ਵੀ ਬੇਨਤੀ ਕਰੀਦੀ ਆ ਅਨੰਤ ਕਾਰਜ
ਕਰਾਉਣ ਵਾਸਤੇ ਕੋਈ ਜੋੜਾ ਆਉਂਦਾ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਜਦੋਂ ਵੀ ਕੋਈ ਬੁੱਕ ਕਰਾਉਣ ਆਉਂਦਾ ਉਹਨਾਂ ਨੂੰ ਇਹ ਬੇਨਤੀ ਕਰੀਦੀ ਆ ਵੀ ਤੁਸੀਂ ਜਿਹੜਾ ਲੜਕੀ ਦਾ ਜਿਹੜਾ ਪਹਿਰਾਵਾ ਆ ਉਹ ਜਿਹੜੇ ਲਹਿੰਗੇ ਵਗੈਰਾ ਹੈ ਨਾ ਉਹਦਾ ਦਾ ਨਹੀਂ ਹੋਣਾ ਚਾਹੀਦਾ ਜਿਹੜਾ ਆਪਣਾ ਪਹਿਰਾਵਾ ਉਹ ਹੋਵੇ ਤੇ ਘੱਟੋ ਘੱਟ ਜਿਹੜੀਆਂ ਬਾਹਾਂ ਵੀ ਢੱਕੀਆਂ ਹੋਣੀਆਂ ਚਾਹੀਦੀਆਂ ਸਰੀਰ ਢੱਕਿਆ ਹੋਣਾ ਚਾਹੀਦਾ ਤੁਹਾਡੀ ਇਸ ਗੱਲ ਜਿਹੜੀ ਆਨੰਦ ਸੰਸਕਾਰ ਵੀ ਆਉਂਦਾ ਆਪਾਂ ਇਹਨਾਂ ਬਾਰੇ ਫਿਰ ਗੱਲ ਕਰਾਂਗੇ ਸਾਡੀਆਂ ਅੱਜ ਧੀਆਂ ਦਾਸ ਵੀ ਧੀਆਂ ਵਾਲਾ ਪਿਆਰਿਓ ਸ਼ਰਮ ਆਉਂਦੀ ਕਈ ਵਾਰੀ ਸਾਨੂੰ ਇਹੋ ਜਿਹੇ ਪਹਿਰਾਵੇ ਪਾਏ ਜਾਂਦੇ ਨੇ ਜਿਨ੍ਹਾਂ ਦਾ ਸਰੀਰ ਦਾ ਕੋਈ ਪਰਦਾ ਨਹੀਂ ਬਾਪੂ ਦੀ ਹਜ਼ੂਰੀ ਵਿੱਚ ਬੈਠੇ ਹੋ ਜਿਹੜਾ ਉਸ ਸਾਡੇ ਇਸ ਲੋਕ ਦਾ ਅਤੇ ਪ੍ਰੋਗ ਵਿੱਚ ਵੀ ਸਹਾਇਤਾ ਕਰਨੀ ਹੈ ਸਾਨੂੰ ਉਹ ਪਹਿਰਾਵਾ ਪਾਉਣਾ ਚਾਹੀਦਾ ਮਹਾਰਾਜ ਨੇ ਆਖਿਆ ਸੀ ਸਾਦੀ ਖੁਰਾਕ ਅਤੇ ਸਾਦੀ ਪੁਸ਼ਾਕ ਹੋਵੇ ਖਾਲਸੇ ਦੀ ਸਿੱਖ ਦੀ ਪੂਰਾ ਪੂਰਾ ਸਹੀ ਕਸ਼ਹਿਰਾ ਪਾਇਆ ਹੋਵੇ ਨਾ ਸਰੀਰ ਦੇ ਉੱਤੇ ਦਸਤਾਰ ਤੋਂ ਬਿਨਾਂ ਕੋਈ ਵੀ ਕੱਪੜਾ ਨਾ ਹੋਵੇ ਤਾਂ ਤੁਹਾਨੂੰ ਉਹ ਢੱਕਿਆ ਹੀ ਦਿਸੂ ਪਰਦਾ ਉਹ ਢੱਕਿਆ ਪ੍ਰਤੀਤ ਹੋਊ ਤੁਹਾਨੂੰ ਕਦੇ ਉਹਦੇ ਵਿੱਚੋਂ ਨਾਲੇ ਹਥਿਆਰਾਂ ਦੀ ਮਤਲਬ ਕਕਾਰਾਂ ਦੀ ਗੁਰੂ ਸਾਹਿਬ ਨੇ ਪ੍ਰਪੱਕਤਾ ਕੀਤੀ ਆ ਰਾਜੇ ਕਿਰਪਾਨਾਂ ਰੱਖਦੇ ਸੀ ਰਾਜੇ ਦਸਤਾਰਾਂ ਬੰਨਦੇ ਸੀ ਰਾਜੇ ਕਲਗੀਆਂ ਲਾਉਂਦੇ ਸੀ ਤੇ ਹਥਿਆਰ ਰੱਖਦੇ ਸੀ ਫੌਜਾਂ ਰੱਖਦੇ ਸੀਗੇ ਕਛਹਿਰੇ ਪਾਉਂਦੇ ਸੀ ਦੁਨੀਆਂ ਜੇ ਆਪਾਂ ਤਾਂ ਨਹੀਂ ਕਛਹਿਰਾ ਪਹਿਲੇ ਹੁਣੇ ਪਾਉਣ ਲੱਗੇ ਮਹਾਰਾਜ ਨੇ ਤਾਂ ਆਪਾਂ ਨੂੰ ਪ੍ਰਪੱਕ ਕੀਤਾ ਵੀ ਤੁਸੀਂ ਇੱਕ ਪੈਰ ਲਾਉਣਾ ਤੇ ਦੂਜਾ ਪਾਉਣਾ ਤੇ ਖਾਲਸਾ ਸਾਜਣ ਤੋਂ ਪਹਿਲਾਂ ਸ੍ਰੀ ਰਾਮ ਚੰਦਰ ਦੇ ਵੀ ਕਛਹਿਰਾ ਪਹਿਨਿਆ ਸੀ ਤੁਸੀਂ ਹਾਂਜੀ ਉਹ ਮੈਂ ਬੇਨਤੀ ਕਰਨ ਲੱਗਾ ਸੀ ਭਾਈ ਮੰਗਲ ਸਿੰਘ ਜੀ ਪੰਡਿਤ ਮੰਗਲ ਸਿੰਘ ਜੀ ਹੁਣ ਇੰਗਲੈਂਡ ਚ ਦਰਸ਼ਨ ਉਹਨਾਂ ਦੇ ਘੱਟ ਹੋਏ ਆ ਬਜ਼ੁਰਗ ਮਾਨ ਸਿੰਘ ਝੋਰ ਦੇ ਸ਼ਗਿਰਦ ਸੀ ਬਹੁਤ ਵਧੀਆ ਉਹਨਾਂ ਦਾ ਮੈਂ ਸਤਿਕਾਰ ਕਰਦਾ ਮਤਲਬ ਉਹਨਾਂ ਦੀ ਟੇਪ ਵੀ ਮੇਰੇ ਕੋਲ ਹੈਗੀ ਆ ਉਹਨਾਂ ਨੇ ਇੰਨਾ ਵਧੀਆ ਪ੍ਰਚਾਰ ਕੀਤਾ ਸੀ ਨਾ ਕਹਿੰਦੇ ਵੀ ਸਿੰਘ ਸਭਾ ਸਾਊਥ ਹਾਲ ਦੀ ਗੱਲ ਆ ਉੱਥੇ ਉਹਨਾਂ ਨੇ ਕਥਾ ਹਾਂਜੀ ਕੀਤੀ ਆ ਵੀ ਉਹ ਕਹਿਣ ਲੱਗਾ ਵੀ ਸੀਤਾ ਦਾ ਪਤਾ ਲੈ ਕੇ ਆ ਉਹਨੇ ਕਥਾ ਸੁਣਾਈ ਬਹੁਤ ਵਧੀਆ ਮਹਾਰਾਜ ਜਦੋਂ ਕਹਿੰਦੇ ਸੱਤ ਸੀਲ ਜੱਤ ਕੀ ਕੱਛ ਪੈਰ ਪਕੜੇ ਹਥਿਆਰਾ ਉਹ ਕਹਿੰਦੇ ਵੀ ਮਹਾਰਾਜ ਰਾਮ ਚੰਦਰ ਕਹਿਣ ਲੱਗਾ ਪਤਾ ਲੈ ਕੇ ਆ ਵੀ ਮੈਂ ਸੀਤਾ ਠੀਕ ਠਾਕ ਆ ਉਦਾਂ ਹੈਗੀ ਆ ਵੀ ਕਿਤੇ ਕਿੱਦਾਂ ਕੀ ਗੱਲ ਆ ਵੀ ਜੀਂਦੀ ਆ ਏਦਾਂ ਹਨਾ ਖਬਰ ਲੈ ਕੇ ਆ ਜਾ ਕਹਿੰਦਾ ਵੀ ਮਹਾਰਾਜ ਕੀ ਦਊਂਗੇ ਮੈਨੂੰ ਕਹਿੰਦਾ ਜਿਹੜੀ ਚੀਜ਼ ਹੱਥ ਚ ਹੋਊਗੀ ਉਹ ਹੀ ਦੇ ਦਊਂਗਾ ਤੇ ਠੀਕ ਹੈ ਜੀ ਜਦੋਂ ਪਤਾ ਲੈ ਕੇ ਆਇਆ ਤੇ ਰਾਮ ਚੰਦਰ ਜੀ ਇਸ਼ਨਾਨ ਕਰਕੇ ਤੇ ਕਛਹਿਰਾ ਨਿਚੋੜਦੇ ਸੀਗੇ ਤੇ ਕਛਹਿਰਾ ਨਿਚੋੜਦੇ ਸੀਗੇ ਕਹਿੰਦੇ ਵੀ ਮਹਾਰਾਜ ਵੀ ਕਿਰਪਾ ਵੀ ਸੀਤਾ ਚੜ੍ਹਦੀ ਕਲਾ ਵਿੱਚ ਆ ਵੀ ਠੀਕ ਠਾਕ ਆ ਅਸ਼ੋਕ ਬਾਗ ਦੇ ਵਿੱਚ ਵੀ ਮੈਂ ਹੁਣ ਜਿੱਦਾਂ ਹੁਕਮ ਹੈ ਤੁਹਾਡਾ ਮੈਂ ਪੱਟ ਕੇ ਸਾੜ ਜੋ ਕਰੂੰਗੇ ਤੇ ਕਹਿੰਦੇ ਹੁਣ ਤੈਨੂੰ ਕਹੀ ਦਈਏ ਮਹਾਰਾਜ ਕਹਿੰਦੇ ਵਚਨ ਕੀਤਾ ਜੋ ਹੱਥ ਜੇ ਆ ਤੇ ਉਹ ਫਿਰ ਉਹਨਾਂ ਨੇ ਇੱਕ ਦਿੱਤਾ ਗੁਰਬਾਣੀ ਦੇ ਵਿੱਚ ਉਹਦੇ ਲਿਖਦਾ ਕਸੌਟੀ ਮਫੀਟ ਸਰੀ ਮਤਲਬ ਹੈ ਨਾ ਵੀ ਕਹਿੰਦੇ ਜਦੋਂ ਉਹਨੂੰ ਕਛਹਿਰਾ ਦੇ ਤਾ ਨਾ ਨਿਚੋੜਦੇ ਸੀ ਤੇ ਉੱਥੇ ਮੰਗਲ ਸੋਹਣਾ ਨੇ ਆਪਣੇ ਕੋਲ ਗੱਲ ਕਹੀ ਕਹਿੰਦੇ ਵੀ ਤੁਹਾਨੂੰ ਇਹ ਪਤਾ ਵੀ ਰਾਮ ਚੰਦਰ ਨੰਗਾ ਨੀ ਖੜਾ ਸੀ ਇੱਕ ਪਾਇਆ ਸੀ ਤੇ ਦੂਜਾ ਨਿਚੋੜਦਾ ਸੀ ਤੇ ਕਹਿੰਦਾ ਨਿਚੋੜਦੇ ਇਸ਼ਨਾਨ ਕਰਦੇ ਤੇ ਹੁਣ ਉਦੋਂ ਕਿਹੜੇ ਬਾਥਰੂਮ ਇੱਦਾਂ ਹੁੰਦੇ ਸੀਗੇ ਵੀ ਜਿਹੜੇ ਕੁੰਡੀਆਂ ਲਾ ਕੇ ਨਹਾਉਂਦੇ ਹੁੰਦੇ ਸੀ ਪੱਧਰੇ ਇਸ਼ਨਾਨ ਕਰਨ ਆਰਾਮ ਨਾਲ ਤੇ ਪਰਦੇ ਦੇ ਨਾਲ ਆਪਣੇ ਸਾਫੇ ਲਾਏ ਹੋਣੇ ਕਛਹਿਰੇ ਵੱਡੇ ਵੱਡੇ ਪਾਏ ਹੋਣੇ ਸਿੰਘਾਂ ਦੇ ਇਸ਼ਨਾਨ ਕਰਨਾ ਤੇ ਉਹ ਕਹਿਣ ਲੱਗੇ ਮਹਾਰਾਜ ਭਈ ਮੈਂ ਇਹਦੇ ਨਾਲ ਹੀ ਬੜਾ ਖੁਸ਼ ਹਾਂ ਕਹਿੰਦੇ ਖੁਸ਼ ਨਹੀਂ ਕਹਿੰਦੇ ਤੇਰੇ ਕਰਮਾਂ 'ਚ ਤੇਰੇ ਮੱਥੇ 'ਤੇ ਲਿਖਿਆ ਸੀ ਤੈਨੂੰ ਕਛਹਿਰਾ ਦੇਣਾ ਉਹ ਉਹਨਾਂ ਨੇ ਪਹਿਲਾਂ ਜੱਤ ਜਦੀ ਸਤੀ ਰਹੇ ਹਨੂੰਮਾਨ ਜੀ ਦੇ ਦੇਖ ਲਓ ਕਿੰਨੀ ਉਹਨਾਂ 'ਚ ਪਾਵਰ ਸੀ ਚਲੋ ਅੱਜ ਕੱਲ੍ਹ ਦੇ ਕਿਤਾਬੀ ਕੀੜੇ ਮੰਨਣ ਨੂੰ ਤਿਆਰ ਨਹੀਂ ਪਰ ਆਪਾਂ ਤਾਂ ਸਤਿਕਾਰ ਕਰਦੇ ਜਿਹੜੇ ਬੰਦਿਆਂ ਦੇ ਮਤਲਬ ਉਸ ਸਮੇਂ ਦੇ ਅਵਤਾਰ ਹੋਏ ਉਹਨਾਂ ਦੀ ਗੁਰਬਾਣੀ ਦੇ ਵਿੱਚ ਵੀ ਮਹਾਰਾਜ ਨੇ ਜ਼ਿਕਰ ਕੀਤਾ ਹਾਂ ਜਿਹੜੀਆਂ ਉਹ 14 ਕਲਾ ਸੰਪੂਰਨ ਸੀ 14 ਕਲਾ ਸੰਪੂਰਨ ਸੀ ਪਰਮਾਤਮਾ ਆਪਣਾ ਅਨੰਤ ਕੜਾ ਲੈ ਠਾਕਰ ਚੜ੍ਹਿਆ ਪਰ ਜਿਹੜਾ ਕਛਹਿਰੇ ਹੈ ਦੁਨੀਆਂ ਪਹਿਲਾਂ ਤੋਂ ਪਾਉਂਦੀ ਆਉਂਦੀ ਆ ਵਿਆਹ ਪਹਿਲਾਂ ਤੋਂ ਹੁੰਦੇ ਆਉਂਦੇ ਪ੍ਰਪਕਤਾ ਦਿੱਤੀ ਬਿਲਕੁਲ ਬਿਲਕੁਲ ਜੱਤ ਕੀ ਕੱਛ ਪੈਰ ਪਕੜਿਓ ਹਥਿਆਰਾ ਇਤਿਹਾਸ ਵਿੱਚ ਆਉਂਦਾ ਪਠਾਨ ਨਹਿਰ ਵਿੱਚ ਰੁੜੀ ਜਾਂਦੀ ਲਾਸ਼ ਨੂੰ ਕੱਢਿਆ ਉਹ ਸੀ ਸਿੰਘਣੀ ਹਾਂਜੀ ਪੂਰਾ ਕਛਹਿਰਾ ਪਹਿਨਿਆ ਕਹਿੰਦਾ ਵੀ ਇਹ ਕੌਣ ਨੇ ਕਹਿੰਦੇ ਵੀ ਇਹ ਵਰਦੀ ਆ ਗੁਰੂ ਗੋਬਿੰਦ ਸਿੰਘ ਦੀ ਬਖਸ਼ੀ ਕਹਿੰਦਾ ਇਹ ਤਾਂ ਮਰੇ ਦੇ ਵੀ ਸਰੀਰ ਤੇ ਪੜਦਾ ਸਹੀ ਗੱਲ ਇੰਨਾ ਪ੍ਰਭਾਵਿਤ ਹੋਇਆ ਉਹਨੇ ਸਮੇਤ ਪਰਿਵਾਰ ਦੇ ਅੰਮ੍ਰਿਤ ਛਕਿਆ ਬਿਲਕੁਲ ਜੀ ਬਿਲਕੁਲ ਤੇ ਮਹਾਰਾਜ ਨੇ ਕਿਹਾ ਵੀ ਇਹ ਸਾਡੀ ਸਿੱਖ ਦਾ ਕਰੈਕਟਰ ਉੱਚਾ ਸੁੱਚਾ ਕੀਤਾ ਵੀ ਸਿੱਖਾ ਦੁਨੀਆਂ ਤੇ ਕਿਤੇ ਚਲਾ ਜਾਈ ਜੇ ਤੇਰਾ ਕਰੈਕਟਰ ਉੱਚਾ ਸੁੱਚਾ ਦੁਨੀਆਂ ਤੇ ਕੋਈ ਤੇਰੀ ਵਾਵਲ ਨਹੀਂ ਵੇਖ ਸਕਦਾ ਅੱਜ ਲਾ ਇਲਾਜ ਬਿਮਾਰੀਆਂ ਜਿਨ੍ਹਾਂ ਦਾ ਕੋਈ ਇਲਾਜ ਨਹੀਂ ਸਾਡੇ ਬਾਪੂ ਨੇ 325 ਸਾਲ ਪਹਿਲਾਂ ਉਹਨਾਂ ਦਾ ਇਲਾਜ ਦੱਸਿਆ ਸੀ ਕਿ ਸਿੱਖਾ ਏਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਭੈਣ ਖਾਣ ਹੈ ਭਾਈ ਗੁਰਦਾਸ ਜੀ ਨੇ ਆਖਿਆ ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ ਸਿੱਖ ਦਾ ਏਡਾ ਘੱਟ ਉੱਚਾ ਸੁੱਚਾ ਕਰੈਕਟਰ ਅਹਿਮਦ ਸ਼ਾਹ ਬਦਾਲੀ 20,000 22,000 18,000 ਲੜਕੀਆਂ ਲੈ ਜਾਂਦਾ ਸੀ ਸਿੱਖਾਂ ਨੇ ਕਦੀ ਉਹਨੂੰ ਲੰਘਣ ਨਹੀਂ ਦਿੱਤਾ ਛਡਾ ਕੇ ਉਹਨਾਂ ਸਾਡੀਆਂ ਧੀਆਂ ਭੈਣਾਂ ਨੂੰ ਉਹਨਾਂ ਦੇ ਘਰਾਂ ਵਿੱਚ ਛੱਡ ਕੇ ਆਉਣਾ ਹਾਲੇ ਸਾਡੀਆਂ ਉਹ ਭੈਣਾਂ
ਜਾਣਾ ਨਹੀਂ ਸੀ ਚਾਹੁੰਦੀਆਂ ਉਹ ਸਾਡੇ ਉਹ ਘਰਾਂ ਵਾਲੇ ਉਹ ਭਰਾ ਉਹ ਮਾਂ ਪਿਓ ਮਰ ਗਿਆ ਜਿਨ੍ਹਾਂ ਨੇ ਸਾਡਾ ਇੱਜ਼ਤ ਨਹੀਂ ਬਚਾਈ ਅਸੀਂ ਤੁਹਾਡੇ ਕੋਲ ਰਹਿਣੀਆਂ ਚਾਹੁੰਦੀਆਂ ਪਰ ਨਹੀਂ ਅੱਜ ਤੱਕ ਸਿੱਖ ਦਾ ਟ੍ਰੈਕਟਰ ਉੱਚਾ ਸੁੱਚਾ ਕਦੀ ਭੁੱਲ ਨਹੀਂ ਉਹਨੇ ਕੀਤੀ ਉਹ ਬਾਪੂ ਗੁਰੂ ਗੋਬਿੰਦ ਸਿੰਘ ਨੇ ਸਿੱਖਾ ਤਾਂ ਹੀ ਤੈਨੂੰ ਇਹ ਗੱਲ ਕਹਿਦੇ ਸੀ ਨਾ ਸ਼ੁੱਧ ਜਪ ਤੇ ਹਮਤਰੀ ਬਚਨ ਗੁਰਦੈ ਹਮਾਰੇ ਜਦੋਂ ਤੋਂ ਸਹੀ ਸਾਨੂੰ ਸ਼ੁੱਧ ਆਈ ਹੈ ਸੁਰਤ ਆਈ ਹੈ ਸਾਡੇ ਗੁਰੂ ਨੇ ਸਾਨੂੰ ਬਚਨ ਦਿੱਤਾ ਹੋਇਆ ਕਿਹੜਾ ਜੀ ਪੂਤ ਇਹ ਹੈ ਪ੍ਰਣ ਤੋਂ ਹੈ ਪ੍ਰਾਣ ਜਬ ਲੱਕੜਤਾ ਰਹੀ ਤੁਸੀਂ ਮੇਰੇ ਪੁੱਤਰ ਹੋ ਮੈਂ ਤੁਹਾਨੂੰ ਪ੍ਰਣ ਦੇ ਚੁੱਕਾਂ ਕਿੰਨਾ ਚਿਰ ਪ੍ਰਾਣ ਜਿੰਨਾ ਚਿਰ ਸਵਾਸ ਤੇਰੇ ਵਿੱਚ ਚੱਲਦੇ ਨੇ ਮਹਾਰਾਜ ਬਾਪੂ ਅਸੀਂ ਕੀ ਕਰਨਾ ਨਿੱਜ ਨਾਰੀ ਕੇ ਸਾਥ ਨੇਹੋ ਤੁਮ ਨਿੱਤ ਬੜਈਓ ਹੋਏ ਆਪਣੀ ਇਸਤਰੀ ਜਿਹਦੇ ਨਾਲ ਆਨੰਦ ਸੰਸਕਾਰ ਹੋਇਆ ਉਹਨੂੰ ਸਤੀ ਸਿੰਘਣੀ ਕਰਕੇ ਜਾਣਨਾ ਜਿਹੜੇ ਸਿੰਘਣਾ ਨਾਲ ਆਨੰਦ ਸੰਸਕਾਰ ਹੋਇਆ ਉਹਨੂੰ ਪਤੀ ਪਰਮੇਸ਼ਰ ਕਰਕੇ ਜਾਣਨਾ ਅਤੇ ਘਰ ਵਿੱਚ ਵੱਧ ਤੋਂ ਵੱਧ ਪਿਆਰ ਰੱਖਣਾ ਨਿੱਜ ਨਾਰੀ ਕੇ ਸਾਥ ਨਿਓ ਤੁਮ ਨਿੱਤ ਬੜਈ ਮਹਾਂਪੁਰਸ਼ ਬੜੇ ਵਿਆਖਿਆ ਕਰਦੇ ਨੇ ਕਹਿੰਦੇ ਹਰੀ ਝੰਡੀ ਕੀਤੀ ਮਾਰੇ ਹਰੀ ਵੀ ਇਹ ਤੇਰੇ ਵਾਸਤੇ ਹਰੀ ਝੰਡੀ ਹੈ ਲੰਘ ਜਾ ਪਰ ਗਾਹ ਲਾਲ ਝੰਡੀ ਕਰ ਦਿੱਤੀ ਪਰ ਨਾਰੀ ਕੀ ਸੇਜ ਭੂਲ ਸੁਪਨੇ ਹੀ ਨਾ ਜਾਈਏ ਉਹ ਸਿੱਖਾ ਕਦੀ ਭੁੱਲ ਕੇ ਵੀ ਇੱਛਾ ਨਾ ਹੋਵੇ ਇਹ ਮਹਾਰਾਜ ਨੇ ਕਛਹਿਰੇ ਵਾਸਤੇ ਇੰਨੀ ਭਾਰੀ ਸਿੱਖਿਆ ਦਿੱਤੀ ਭਾਈ ਸਤਵਿੰਦਰ ਸਿੰਘ ਇੱਕ ਹੋਰ ਕਛਹਿਰੇ ਦੀ ਰਹਿ ਗਈ ਸੀ ਉਹਨੇ ਪੰਡਿਤ ਮੰਗਲ ਸਿੰਘ ਨੇ ਹਨਾ ਮਤਲਬ ਦਾ ਨਾਂ ਪੰਡਿਤ ਪੰਡਿਤ ਕਹਿੰਦੇ ਬੁੱਧੀਮਾਨ ਸਿਆਣੇ ਬੰਦੇ ਨੂੰ ਕੋਈ ਪੰਡਿਤ ਜਾਤੀ ਵਾਸਤੇ ਨੀ ਲਾਉਂਦੇ ਕਿਉਂ ਕਈ ਵਾਰੀ ਪੰਡਿਤ ਦਾ ਨਾਂ ਸੁਣ ਕੇ ਵੀ ਕਈਆਂ ਦੁੱਖ ਉਹ ਲੱਗ ਜਾਂਦਾ ਤੇ ਉਹ ਬੜਾ ਸਿਆਣਾ ਤੇ ਉਹਨਾਂ ਨੇ ਕਿਹਾ ਵੀ ਕਸ਼ਕੰਧਾ ਪਹਾੜ ਦੇ ਵਿੱਚ ਮੈਂ ਜਾ ਕੇ ਆਪ ਵੇਖਿਆ ਵੀ ਰਾਮ ਚੰਦਰ ਦੀ ਤੇ ਦੂਜੇ ਦੀ ਲਕਸ਼ਮਣ ਜੀ ਦੀ ਫੋਟੋ ਬਣਾਈ ਆ ਤੀਰ ਕਮਾਨ ਤੇ ਸੋਹਣਾ ਜੂੜਾ ਉੱਤੇ ਰੱਖਿਆ ਆ ਤੇ ਕਛਹਿਰਾ ਗੋਡਿਆਂ ਤੱਕ ਕਹਿੰਦੇ ਉਹਦੇ ਉਹਦੇ ਤੇ ਬਣਾ ਕੇ ਉਹਨਾਂ ਨੇ ਪਾਇਆ ਆ ਤੇ ਉਹਨੇ ਮਤਲਬ ਪ੍ਰਕਰਨ ਉਹਨੇ ਬਹੁਤ ਸੁਣਾ ਦਿੱਤਾ ਬੜਾ ਸਿਆਣਾ ਸੱਜਣ ਸੀ ਹੁਣ ਕਦੀ ਮਿਲੇ ਨਹੀਂ ਤੇ ਉਹਨਾਂ ਨੇ ਕਮਾਲ ਦੀ ਗੱਲ ਕੀਤੀ ਆ ਵੀ ਜਿਹੜੇ ਕਕਾਰ ਆ ਇਹ ਕਿੰਨੇ ਜ਼ਰੂਰੀ ਆ ਔਰ ਆਪਣੀ ਕਿੱਦਾਂ ਰੱਖਿਆ ਕਰਦੇ ਆ ਜਿੱਦਾਂ ਅਸੀਂ ਬੇਨਤੀ ਕਰਦੇ ਹੁੰਦੇ ਹਾਂ ਵੀ ਤੁਸੀਂ ਅਲਾਰਮ ਲਿਆ ਕੇ ਘਰੇ ਰੱਖੀ ਛੱਡੋ ਅਲਮਾਰੀਆਂ ਭਰ ਲਓ ਤੁਹਾਡੀ ਰਾਖੀ ਨਹੀਂ ਕਰਨਗੇ ਜਦੋਂ ਉਹਨੂੰ ਮਰਜ਼ਾਦਾ ਨਾ ਫਿੱਟ ਕਰ ਦੇਣਾ ਨਾ ਉਹਦੇ ਸੈਂਸਰ ਲਾ ਦੇਣੇ ਆ ਕਰੰਟ ਉਹਦੇ ਵਿੱਚੋਂ ਕਦੀ ਵੀ ਔਫ ਨਾ ਹੋਵੇ ਅਤੇ ਉਹ ਫਿਰ ਤੁਹਾਨੂੰ ਚੋਰ ਨੂੰ ਫੜਨਗੇ ਕਿਉਂਕਿ ਜਦੋਂ ਉੱਥੇ ਕੋਈ ਚੀਜ਼ ਆਊਗੀ ਕਿਉਂਕਿ ਉਹ ਫਿੱਟ ਕੀਤੇ ਮਰਜ਼ਾਦਾ ਨਾਲ ਜਿਹੜਾ ਮਤਲਬ ਅੰਮ੍ਰਿਤ ਛੱਕ ਕੇ ਤੁਸੀਂ ਕਕਾਰਾਂ ਵਿੱਚ ਦੇ ਧਾਰ ਨਹੀਂ ਰਹਿੰਦੇ ਆ ਅਤੇ ਆਪਣੀ ਨਿਤਨੇਮ ਆਪਣਾ ਟਾਈਮ ਦੇ ਨਾਲ ਸਮੇਂ ਦੇ ਨਾਲ ਰੋਜ਼ ਦਾ ਰੋਜ਼ ਨਿਬੇੜੀ ਜਾਂਦੇ ਹਾਂ ਅਤੇ ਪਰਮਾਤਮਾ ਨਾਲ ਤੁਹਾਡੀ ਲਿਵ ਲੱਗੀ ਰਹਿੰਦੀ ਆ ਬੜੀਆਂ ਮਸਾਣਾਂ ਤੋਂ ਹੋਰ ਭੂਤਾਂ ਪ੍ਰੇਤਾਂ ਵਾਲਿਆਂ ਦੇ ਡੇਰਿਆਂ ਦੇ ਹੱਥਾਂ ਵਾਲਿਆਂ ਦੇ ਹੋਰ ਕਰਿਆ ਤਾਂ ਨਹੀਂ ਕਰਦੇ ਅਤੇ ਉਹ ਕਹਿੰਦੇ ਤੁਹਾਡੇ ਲਗਾਤਾਰ ਨਿਰੰਤਰ ਜਿਹੜਾ ਕਰੰਟ ਆ ਰਿਹਾ ਆ ਅਤੇ ਉਹ ਕਦੀ ਵੀ ਜਿਹੜਾ ਚੋਰ ਆ ਤੁਹਾਨੂੰ ਮਤਲਬ ਸ਼੍ਰੀ ਕਿਤੇ ਲੱਗਣ ਨੂੰ ਤਿਆਰ ਨਹੀਂ ਹੋਊਗਾ ਕਿ ਉਹਨੂੰ ਪਤਾ ਆ ਅਤੇ ਚੋਰ ਨੇ ਲੱਗਣਾ ਉੱਥੇ ਹੁੰਦਾ ਜਿੱਥੇ ਕੋਈ ਚੀਜ਼ ਪਈ ਆ ਆਮ ਤਾਂ ਤੁਹਾਨੂੰ ਪਤਾ ਖਾਲੀ ਘਰਾਂ 'ਚ ਚੋਰ ਜਾਂਦੇ ਹੀ ਨਹੀਂ ਅਤੇ ਇਸ ਕਰਕੇ ਜੇ ਆਪਾਂ ਕਈ ਵਾਰੀ ਕਹਿੰਦੇ ਨਹੀਂ ਜੀ ਅਸੀਂ ਪਾਠ ਵੀ ਕਰ ਲੈਂਦੇ ਅਸੀਂ ਪਰ ਅੰਮ੍ਰਿਤ ਨਹੀਂ ਛਕਣਾ ਇਹ ਔਖਾ ਕੰਮ ਆ ਵੀ ਔਖਾ ਕਾਹਤੋਂ ਕੰਮ ਹੈ ਇਹ ਤਾਂ ਸੌਖਾ ਕੰਮ ਆ ਕਨੈਕਸ਼ਨ ਲੈਣਾ ਤਾਂ ਬਹੁਤ ਜ਼ਰੂਰੀ ਆ ਲਾਈਟਾਂ ਤਾਂ ਠੀਕ ਆ ਵੀ ਫਿੱਟ ਕਰਾਈਆਂ ਜਿੰਨੇ ਉਹਨੂੰ ਮਤਲਬ ਵਧੀਆ ਸੋਹਣੀਆਂ ਲੱਗਦੀਆਂ ਪਰ ਕਨੈਕਸ਼ਨ ਲੈਣਾ ਜਿਹੜਾ ਖੰਡੇ ਬਾਟੀ ਦੇ ਅੰਮ੍ਰਿਤ ਦਾ ਪੰਜਾਂ ਪਿਆਰਿਆਂ ਦੇ ਦੁਆਰਾ ਗੁਰੂ ਗ੍ਰੰਥ ਸਾਹਿਬ ਨਾਲ ਜੁੜਨਾ ਇਹ ਉਹਦੇ ਨਾਲ ਹੀ ਜੁੜਿਆ ਸਕਦਾ ਫਿਰ ਅਲਾਰਮ ਜਿਹੜਾ ਇੱਕ ਵਾਰੀ ਬਿਜਲੀ ਔਫ ਹੋ ਕੇ ਆ ਜਾਵੇ ਤਾਂ ਕੰਮ ਨਹੀਂ ਕਰਦਾ ਉਹਦੇ ਵਿੱਚ ਬੈਟਰੀ ਪਾਈ ਹੁੰਦੀ ਆ ਅਤੇ ਸਿੱਖ ਦਾ ਨਿਤਨੇਮ ਵਾਧੂ ਸੰਗਤ ਵਾਧੂ ਨਿਤਨੇਮ ਇੰਨਾ ਹੋਣਾ ਚਾਹੀਦਾ ਵੀ ਉਹ ਜਿਹੜੀ ਬੈਟਰੀ ਅੰਗ ਚਾਰਜ ਕਰੀ ਜਾਵੇ ਜੇ ਤੁਹਾਨੂੰ ਕਿਤੇ ਜਹਾਜ਼ 'ਚ ਜਾਂਦਿਆਂ ਕਿਰਪਾਨ ਲੈ ਗਈ ਜਾਂ ਹੋਰ ਵੀ ਉਹਨੇ ਅਰਦਾਸ ਕਰਕੇ ਪਾਉਣ ਨਾਲ ਤੁਹਾਡੀ ਉਹ ਬੈਟਰੀ ਜਿਹੜੀ ਆ ਫਿਰ ਚਾਰਜ ਰਹੇ ਅਤੇ ਜੇ ਅਸੀਂ ਆਪਣਾ ਉਹੀ 5 ਪਾਉਂਡ ਲਿਆਂਦੇ ਤਾਂ 5 ਖਾ ਲਏ 5 ਲਿਆਂਦੇ ਅਤੇ ਜੇ ਕਿਤੇ ਨਾ ਜਾ ਹੋਇਆ ਤਾਂ ਭੁੱਖੇ ਮਰੋਂਗੇ ਇਸ ਕਰਕੇ ਆਪਾਂ ਨੂੰ ਨਿਤਨੇਮ ਵੱਧ ਤੋਂ ਵੱਧ ਕਰਨਾ ਚਾਹੀਦਾ ਅਤੇ ਗੁਰੂ ਗ੍ਰੰਥ ਸਾਹਿਬ ਨਾਲ ਆਪਾਂ ਨੂੰ 24 ਘੰਟੇ 12 ਮਹੀਨੇ ਸਵਾਸ ਸਵਾਸ ਆਪਾਂ ਨੂੰ ਖਿਆਲ ਰੱਖਣਾ ਚਾਹੀਦਾ ਵੀ ਸਾਡੇ ਕੋਈ ਅੰਮ੍ਰਿਤਧਾਰੀ ਸਿੱਖ ਹੋ ਕੇ ਸਹੀ ਕਿਤੇ ਡੇਰਿਆਂ ਅਤੇ ਜਿਹੜੇ ਮਤਲਬ ਡੇਰੇ ਹੈਗੇ ਸੱਚੇ ਸੌਦੇ ਵਾਲੇ ਝੂਠੇ ਸੌਦੇ ਵਾਲੇ ਇੱਦਾਂ ਦੇ ਡੇਰਿਆਂ ਦੀ ਆਪਾਂ ਗੱਲ ਕਰਦੇ ਹੁੰਦੇ ਹਾਂ ਆਪਾਂ ਦੂਜਿਆਂ ਡੇਰਿਆਂ ਦੀ ਨਹੀਂ ਮਹਾਂਪੁਰਖਾਂ ਦੀ ਨਹੀਂ ਕਰਦੇ ਹੁੰਦੇ ਕਿਉਂਕਿ ਲੋਕ ਤਾਂ ਉਹਨਾਂ ਨੂੰ ਵੀ ਬਹੁਤ ਕੁਛ ਕਰਨ ਲੱਗ ਪੈਂਦੇ ਆਹ ਕੀ ਬਹੁਤ ਚੜ੍ਹਦੀ ਕਲਾ ਜਿੱਥੇ ਕੋਈ ਨਾਮ ਜਪਾਉਂਦਾ ਆਪਾਂ ਸਤਿਕਾਰ ਕਰਦੇ ਉਹਨਾਂ ਦਾ ਹਾਂਜੀ ਤੇ ਜਿਹੜੇ ਆ ਦੂਜਿਆਂ ਦੇ ਆ ਡੇਰਿਆਂ ਦੇ ਆਪਾਂ ਨੂੰ ਮਨਮਤੀਆਂ ਦੇ ਕਦੀ ਨਹੀਂ ਆਪਾਂ ਨੂੰ ਜਾਣਾ ਚਾਹੀਦਾ ਨਿਤ ਨੇ ਬਖਸ਼ਿਆ ਹੀ ਇਸੇ ਕਰਕੇ ਆ ਵੇਖੋ ਜਿਹੜੇ 5 ਬਾਣੀਆਂ ਤੇ ਬਾਣੀ ਤੇ ਬਾਣਾ ਹਾਂਜੀ ਇਸ ਵਾਸਤੇ ਬਖਸ਼ਿਆ ਕਦੀ ਸਿੱਖ ਨੇ ਭੁੱਲ ਕੇ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਮੱਥਾ ਨਹੀਂ ਟੇਕਣਾ ਸੀਸ ਕਦੀ ਨਹੀਂ ਚੁਕਾਉਣਾ ਸੀ ਜਦੋਂ ਅੰਮ੍ਰਿਤ ਛਕਦਿਆ ਨਾ ਪੁੱਛਦੇ 5 ਪਰੇ ਅੱਜ ਤੋਂ ਸੀਸ ਬਿਲਕੁਲ ਗੁਰੂ ਦਾ ਤੇ ਜਿਹੜਾ ਗੁਰੂ ਨੇ ਸੀਸ ਦਿੱਤਾ ਥਾਂ ਥਾਂ ਝੁਕਦਾ ਫਿਰੇ ਦੇਖੋ ਜੀ ਦਵਾਈ ਡਾਕਟਰ ਤੋਂ ਲੈ ਉਹ ਵਧੇਜ ਤੋਂ ਬਿਨਾਂ ਦੋਈ ਥਾਈ ਤਿੰਨੀ ਥਾਈ ਵਧੇਜ ਲਿਖਿਆ ਹੁੰਦਾ ਪਹਿਲਾਂ ਡਾਕਟਰ ਦੱਸੂਗਾ ਦਵਾਈ ਦੀ ਸ਼ੀਸ਼ੀ ਦੱਸੂਗੀ ਇੱਕ ਚੋਂ ਲੀਫਲੈਟ ਨਿਕਲੂਗਾ ਉਹ 'ਚ ਵਧੇਜ ਦੱਸਿਆ ਹੋਊਗਾ ਵੀ ਇੱਦਾਂ ਖਾਣੀ ਦਵਾਈ ਇੰਨੀ ਖਾਣੀ ਆ ਤੇ ਇਹਦੇ ਨਾਲ ਆਹ ਚੀਜ਼ਾਂ ਨਹੀਂ ਖਾਣੀਆਂ ਹੁਣ ਸ਼ੂਗਰ ਹੋਈ ਹੋਵੇ ਤਾਂ ਤੁਸੀਂ ਲੱਡੂ ਵੈਲ ਦਾ ਵੀ ਝੋਲਾ ਨਾਲ ਭਰੀ ਫਿਰਦੇ ਆ ਫਾਇਦਾ ਕੀ ਹੋਇਆ ਹੈ ਨਾ ਜੀ ਤੇ ਪਰੌਂਠੇ ਵੀ ਨਹੀਂ ਛੱਡਣੇ ਤੇ ਫਿਰ ਉਹਦਾ ਮਤਲਬ ਦਵਾਈ ਕੀ ਕਰੂਗੀ ਡਾਕਟਰ ਫਿਰ ਵਿਚਾਰਾ ਕੀ ਕਰੂਗਾ ਨਾਲੇ ਜੀ ਆਪਣੇ ਆ ਜਿਹੜਾ ਜ਼ਿਮੀਂਦਾਰਾਂ ਦਾ ਹੁੰਦਾ ਹੀ ਆ ਵੀ ਮੁੰਡਾ ਘਰ ਜਿੰਨਾ ਮਰਜ਼ੀ ਲੜੀ ਜਾਵੇ
ਵੀ ਇਹਨੂੰ ਕੁੱਟ ਵੀ ਲਵੇ ਤੇ ਉਹ ਫੇਰ ਵੀ ਉਹਨੂੰ ਕਹਿੰਦਾ ਵੀ ਬਦਖਲ ਨਹੀਂ ਕਰਨਾ। ਜਦੋਂ ਉਹ ਗੁਆਂਢੀਆਂ ਦੇ ਜਾ ਕੇ ਬਹਿ ਗਏ ਤਾਂ ਇੱਟਾਂ ਤੁਹਾਡੇ ਮਾਰੇ ਨਾ, ਫੇਰ ਉਹ ਕਹਿੰਦਾ ਚੰਗਾ ਪੁੱਤ ਹੁਣ ਇਹਨਾਂ ਦੇ ਰੋਟੀ ਖਾਈ ਜੇ ਇਧਰ ਬੜਿਆ ਤਾਂ ਦੇਖ ਲਈ। ਸੋ ਇਸ ਕਰਕੇ ਆਪਾਂ ਸਾਡੇ ਵਿੱਚ ਕਮੀਆਂ ਇਨਸਾਨ ਜੀਵ ਜਿਹੜਾ ਭੁੱਲਣਹਾਰ ਆ, ਭੁੱਲਦਾ ਹੀ ਰਹਿੰਦਾ ਬੜੀਆਂ। ਜਿਹੜਾ ਸੋਚ ਜਾਣ ਬੁੱਝ ਕੇ ਕੋਈ ਮਾੜਾ ਕਿਸੇ ਦਾ ਕਰਨਾ ਉਹ ਬਹੁਤ ਵੱਡੀ ਭੈੜੀ ਗੱਲ ਆ। ਕਦੇ ਵਿਚਾਰ ਕੇ ਕਿਸੇ ਦਾ ਮਾੜਾ ਨਹੀਂ ਤੱਕਣਾ ਚਾਹੀਦਾ। ਕਮੀਆਂ ਇਨਸਾਨ ਦੇ ਵਿੱਚ ਬਹੁਤ ਆ, ਉਹ ਗੁਰੂ ਸਾਹਿਬ, ਕਿਉਂਕਿ ਕਮੀਆਂ ਤੋਂ ਅਸੀਂ ਬਿਨਾਂ ਨਹੀਂ ਸਾਰੇ, ਗੁਰੂ ਸਾਹਿਬ ਬਖਸ਼ਦਾ। ਅਤੇ ਜੇਕਰ ਅਸੀਂ ਉਹਨਾਂ ਸਾਰੀਆਂ ਦਿਮਾਗ 'ਚ ਇਹ ਸਤਿਕਾਰ ਨਹੀਂ ਕਰਨਾ, ਪੰਜਾਂ ਕਕਾਰਾਂ ਦਾ ਨਹੀਂ ਕਰਨਾ। ਗੁਰੂ ਮਹਾਰਾਜ ਜੀ ਕਹਿੰਦੇ ਸ਼ਸਤਰਾਂ ਨੂੰ ਜੇ ਹੀ ਮਾਰੇ ਪੀਰ ਅਤੇ ਜੇ ਉਹਨੂੰ ਸ੍ਰੀ ਸਾਹਿਬ ਨੂੰ ਜਿੱਥੇ ਮਰਜ਼ੀ ਚੱਕ ਤਾਂ ਤੁਸੀਂ ਕਦੇ ਲਾਹ ਲਿਆ ਅਤੇ ਕਦੇ ਉੱਧਰ ਰੱਖ ਲਿਆ ਅਤੇ ਕਦੇ ਇੱਧਰ। ਮੈਂ ਇੱਕ ਇਤਿਹਾਸਿਕ ਚੀਜ਼ ਆਪ ਜੀ ਦੇ ਨਾਲ ਸਾਂਝੀ ਕਰਨੀ ਚਾਹੁੰਦਾ ਸੀ ਕਿ ਜਦੋਂ ਆਪਣੇ ਅਨੰਦਪੁਰ ਸਾਹਿਬ ਤਖ਼ਤ ਅਤੇ ਕੇਸਗੜ੍ਹ ਸਾਹਿਬ ਦੇ ਦਰਸ਼ਨ ਕਰਾਉਂਦੇ ਸ਼ਾਸਤਰਾਂ ਦੇ, ਤਾਂ ਮੈਂ ਉਹ ਇੱਕ ਸ਼ਾਸਤਰ ਦੇ ਦਰਸ਼ਨ ਕੀਤੇ ਟੈਲੀਵਿਜ਼ਨ ਦੇ ਉੱਤੇ, ਬਈ ਜਿਹੜਾ ਅਲੀ ਸੀ ਮੁਹੰਮਦ ਦਾ, ਮੁਹੰਮਦ ਸਾਹਿਬ ਦਾ ਜਿਹੜਾ ਜਵਾਈ ਸੀ, ਉਸ ਦਾ ਜਿਹੜਾ ਸ਼ਸਤਰ ਸੀ ਉਸ ਵੇਲੇ ਦਾ 1450 ਸਾਲ ਪੁਰਾਣਾ, ਉਹ ਦੱਸਦੇ ਸੀ ਕਿ ਉਹ ਸ਼ਸਤਰ ਜਿਹੜਾ ਸੀਗਾ ਜਦੋਂ ਔਰੰਗਜ਼ੇਬ ਨੇ, ਜਿਹੜੇ ਤੁਸੀਂ ਹੁਣ ਕਈ ਵਾਰੀ ਇਹਨਾਂ ਦੇ ਉਹ ਹਿੰਦੂ ਸਮਾਜ ਦੇ ਕਿਹੜੇ ਜਿਹੜੇ ਕਹਿੰਦੇ ਸਾਨੂੰ 800 ਸਾਲ ਤੋਂ ਬਾਅਦ ਰਾਜ ਮਿਲਿਆ, ਅਤੇ ਉਹ ਔਰੰਗਜ਼ੇਬ ਨੇ ਬੜਾ ਵਧੀਕੀਆਂ ਕਰਕੇ, ਜਿਵੇਂ ਆਪਾਂ ਜਾਣਦੇ ਸਾਰੇ ਜਿੰਨੇ ਵੀ ਮੁਸਲਮਾਨ ਹਿੰਦੁਸਤਾਨ ਦੇ ਵਿੱਚ ਬਹੁਤੇ ਹੈਗੇ ਆ, ਇਹਨਾਂ ਨੂੰ ਬਹੁਤਿਆਂ ਨੂੰ ਜ਼ੋਰ ਦੇ ਨਾਲ ਬਣਾਇਆ ਗਿਆ, ਮੁਸਲਮਾਨ ਬਣਾਇਆ ਗਿਆ। ਅਤੇ ਉਹ ਜਦੋਂ ਔਰੰਗਜ਼ੇਬ ਨੂੰ ਅਤੇ ਉਹਨਾਂ ਨੇ ਜਿਹੜੇ ਖਲੀਫੇ ਸੀ ਉਹਨਾਂ ਨੇ ਉਹ ਸ਼ਸਤਰ ਜਿਹੜਾ ਸੀਗਾ ਮੱਕੇ ਦੇ ਖਲੀਫਿਆਂ ਦੇ ਕੋਲ ਸੀ ਅਤੇ ਉਹਨਾਂ ਨੇ ਉਹਨਾਂ ਨੂੰ ਦਿੱਤਾ ਸੀ, ਮੱਕੇ ਨੂੰ ਦੇ ਦਿੱਤਾ ਉਹਨੂੰ ਪਵਿੱਤਰ ਸਮਝ ਕੇ ਕਿ ਮੁਹੰਮਦ ਸਾਹਿਬ ਦੇ ਜਵਾਈ ਦੇ ਹੱਥਾਂ ਦਾ ਸ਼ਸਤਰ ਆ। ਉਹ ਦੋ ਧਾਰਾ ਆਇਆ ਤਾਂ ਤੇਗੇ ਆਪਣੇ ਖੰਡੇ ਵਾਂਗੂ ਦੋ ਧਾਰਾ ਤੇਗ ਆਇਆ ਅਤੇ ਉਹਨਾਂ ਨੂੰ ਦੇ ਦਿੱਤਾ ਉੱਥੇ। ਫਿਰ ਉਹ ਉਹਨਾਂ ਨੇ ਔਰੰਗਜ਼ੇਬ ਨੂੰ ਉਹਨਾਂ ਖਲੀਫਿਆਂ ਨੇ ਇਹਨੇ ਸਮਝਿਆ ਕਿ ਇਹਨੇ ਜ਼ੁਲਮ ਕੀਤਾ, ਜ਼ੁਲਮ ਕਰਕੇ ਮੁਸਲਮਾਨ ਬਣਾਇਆ, ਪਰ ਉਹਨਾਂ ਨੇ ਕਿਹਾ ਕਿ ਤੂੰ ਮੁਸਲਮਾਨੀਅਤ ਦੇ ਵਿੱਚ ਬਹੁਤ ਵਾਧਾ ਕੀਤਾ। ਅਤੇ ਔਰੰਗਜ਼ੇਬ ਨੂੰ ਜਿਹੜਾ ਸੀ ਉਹਨਾਂ ਨੇ ਫਿਰ ਉਹ ਸ਼ਸਤਰ ਦਿੱਤਾ ਅਤੇ ਉਹ ਬਹਾਦਰ ਸ਼ਾਹ ਦੇ ਕੋਲ ਸੀ ਮਗਰੋਂ। ਅਤੇ ਜਦੋਂ ਬਹਾਦਰ ਸ਼ਾਹ ਨੂੰ ਰਾਜ ਮਹਾਰਾਜ ਨੇ ਜਾ ਕੇ ਅਤੇ ਸਿੰਘ ਭੇਜੇ ਅਤੇ ਨਾਲ ਆਪ ਉਹ ਤਾਰਾ ਆਜ਼ਮ ਦੇ ਮਾਰ ਕੇ ਤੀਰ ਮੂੰਹ ਦੇ ਵਿੱਚ ਰਾਜ ਦਵਾਇਆ। ਅਤੇ ਜਦੋਂ ਕਹਿੰਦੇ ਬਹਾਦਰ ਸ਼ਾਹ ਫਿਰ ਜਿਹੜਾ ਉਹਨੇ ਆਪਣਾ ਸਮਾਗਮ ਕੀਤਾ ਆਗਰੇ ਦੇ ਵਿੱਚ ਅਤੇ ਕਲਗੀਧਰ ਪਾਤਸ਼ਾਹ ਨੂੰ ਕਿਹਾ ਵੀ ਤੁਹਾਡੇ ਤੋਂ ਬਿਨਾਂ ਅਤੇ ਤੁਹਾਡਾ ਰਾਜ ਦਵਾਇਆ ਅਤੇ ਸਾਰਾ ਕੁਝ ਅੰਧੂਰਾ, ਜੇ ਤੁਸੀਂ ਨਾਮ ਹੋ ਤਾਂ ਮਹਾਰਾਜ ਗਏ ਉੱਥੇ, ਸਾਰਾ ਇਤਿਹਾਸ ਤੁਸੀਂ ਜਾਣਦੇ ਆ। ਅਤੇ ਉੱਥੇ ਗੁਰੂ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਨੂੰ ਉਹ ਸ਼ਸਤਰ ਕਿ ਇਹ ਜਿਹੜਾ ਆ ਸ਼ਸਤਰ ਇਹ ਬੰਦਗੀ ਭਗਤੀ ਦੇ ਨਾਲ ਸੰਬੰਧਿਤ ਹੈ ਅਤੇ ਤੁਸੀਂ ਜਿਹੜੇ ਇਸ ਵੇਲੇ ਸਿਰ ਮੋਰ ਹੋ ਅਤੇ ਇਸ ਕਰਕੇ ਮੈਂ ਸ਼ਸਤਰ ਤੁਹਾਨੂੰ ਦੇਣਾ ਚਾਹੁੰਦਾ। ਉਹਦੇ ਉੱਤੇ ਆਇਤਾਂ ਵੀ ਲਿਖੀਆਂ ਉਹਨਾਂ ਦੇ ਅਤੇ ਉਹ ਇਸ ਵੇਲੇ ਆਪਣੇ ਅਨੰਦਪੁਰ ਸਾਹਿਬ ਉਹ ਸ਼ਸਤਰ ਪਿਆ, ਕਿਉਂਕਿ ਜਿਹੜੇ ਵੀ ਸ਼ਸਤਰ ਆ ਜਿਹੜਾ ਵੀ ਧਾਰਮਿਕ ਕੋਈ ਧਰਮੀ ਅਸਥਾਨ ਜਿਵੇਂ ਗੁਰੂ ਸਾਹਿਬ ਆਪਣੇ ਆਏ ਆ ਉਹਨਾਂ ਨੇ ਵੀ ਸ਼ਸਤਰਾਂ ਦੀ ਪੂਜਾ ਕਰਨੀ ਸਾਨੂੰ ਦੱਸੀ ਆ। ਜੇਕਰ ਅਸੀਂ ਉਹਨਾਂ ਨੂੰ ਪੂਜਦੇ ਹਾਂ ਤਾਂ ਉਹ ਸਾਡੀ ਮਦਦ ਕਰਦੇ। ਸ਼ਸਤਰ ਨਾਮ ਨਮਸਕਾਰ ਤਾਮ ਸਿੱਖ ਦਾ ਸੀ ਕੇਵਲ ਗੁਰੂ ਗ੍ਰੰਥ ਸਾਹਿਬ ਕੇ ਚੁੱਕਣਾ ਚਾਹੀਦਾ, ਜਾਂ ਦੂਜੇ ਨੰਬਰ ਤੇ ਕਿਤੇ ਵੀ ਸੀਸ ਚੁਕਾਉਣਾ ਪੈ ਜਾਏ ਤਾਂ ਸ਼ਸਤਰ ਸਿੱਖ ਸੀਸ ਚੁਕਾ ਸਕਦਾ। ਰਹਿਰਾਸ ਕੀਤੀ ਹੈ ਕਿਤੇ ਇਕੱਲੇ ਹੋ ਆਪਣੀ ਸ੍ਰੀ ਸਾਹਿਬ ਅੱਗੇ ਕਰਕੇ ਰਹਿਰਾਸ ਕਰਕੇ ਮਹਾਰਾਜ ਦਾ ਹੁਕਮ ਹੈ 52 ਹੁਕਮਨਾਮਿਆਂ ਦੇ ਵਿੱਚ ਕਿ ਸਿੱਖ ਨੂੰ ਖੜੇ ਹੋ ਕੇ ਅਰਦਾਸ ਕਰਨੀ ਚਾਹੀਦੀ, ਰਹਿਰਾਸ ਕਰਕੇ ਖੜੇ ਹੋ ਕੇ ਅਰਦਾਸ ਕਰਨੀ ਚਾਹੀਦੀ ਹੈ। ਸੀਸ ਚੁਕਾਉਣਾ ਆਪਣੀ ਸ੍ਰੀ ਸਾਹਿਬ ਅੱਗੇ ਕਰਕੇ ਨਮਸਕਾਰ ਕਰ। ਇਸ ਤੋਂ ਇਲਾਵਾ ਕੋਈ ਵੀ ਸਤਿਕਾਰਯੋਗ ਮਿਲੇ, ਵੱਡਾ ਛੋਟਾ ਕੋਈ ਮਹਾਂਪੁਰਸ਼ ਮਿਲੇ, ਦੋਨੇ ਹੱਥ ਜੋੜ ਕੇ ਤੇ ਗੱਜ ਕੇ ਫਤਿਹ ਬੁਲਾਉਣੀ ਉਹਨੂੰ। ਮੈਂ ਤੁਹਾਨੂੰ ਦੱਸਦਾ ਭਾਈ ਗੁਰਮੁਖ ਸਿੰਘ ਮੋਗੇ ਦੇ ਆ, ਸੰਤ ਮਹਾਂਪੁਰਸ਼ ਸੰਤ ਬਾਬਾ ਦਰਨੈਲ ਸਿੰਘ ਪ੍ਰਕਰਮਾ ਚ 40-50 ਸਿੰਘਾਂ ਨਾਲ ਆ ਰਹੇ ਨੇ, ਉਹਨੇ ਫਤਿਹ ਬੁਲਾਈ ਤੇ ਐ ਨੀਵਾਂ ਹੋ ਕੇ ਤੇ ਸਿੰਘ ਮਹਾਂਪੁਰਸ਼ ਖੜ ਗਿਆ। ਉਹ ਕਹਿੰਦੇ ਸਿੰਘਾਂ ਤਰੀਕਾ ਫਤਿਹ ਬੁਲਾਉਣ ਦਾ, ਸਿੱਧੇ ਹੋ ਕੇ ਫਤਿਹ ਬੁਲਾਇਆ ਕਰੋ ਇੱਕ ਕੱਢ ਕੇ। ਕਹਿੰਦਾ ਜਦੋਂ ਮਹੀਨੇ ਬਾਅਦ ਜਾ ਕੇ ਇੱਕ ਕੱਢ ਕੇ ਫਤਿਹ ਬੁਲਾਈ ਤੇ ਕਹਿੰਦੇ ਗੱਲ ਨਾਲ ਲਾੜਿਆ, ਕਹਿੰਦਾ ਐ ਫਤਿਹ ਬੁਲਾਇਆ ਕਰੋ। ਇਸ ਵਾਸਤੇ ਸਿੰਘ ਨੂੰ ਜਦੋਂ ਕੋਈ ਵੀ ਸਿੰਘ ਮਿਲੇ ਗੱਜ ਕੇ ਫਤਿਹ ਬੁਲਾਉਣੀ ਚਾਹੀਦੀ, ਸਮਾਂ ਅੱਗੇ ਜਾਣ ਦੀ ਇਜਾਜ਼ਤ ਨਹੀਂ ਦਿੰਦਾ ਜੀ। ਸਾਡੇ ਆਏ ਮਹਿਮਾਨਾਂ ਦਾ ਬਹੁਤ ਬਹੁਤ ਧੰਨਵਾਦ, ਆਪ ਜੀ ਦਾ ਧੰਨਵਾਦ ਜੀ, ਤੁਸੀਂ ਵੀ ਸਾਡੇ ਨਾਲ ਇਸ ਪ੍ਰੋਗਰਾਮ ਦਾ ਹਿੱਸਾ ਬਣ ਸਕਦੇ ਹੋ।
ਤੁਸੀਂ ਵੀ ਤੁਹਾਡਾ ਜੀਵਨ ਬਦਲਿਆ, ਆਪਣਾ ਜੀਵਨ ਦੱਸ ਕੇ ਹੋਰ ਕਿਸੇ ਦਾ ਜੀਵਨ, ਹਰ ਸਿੱਖ ਅੰਮ੍ਰਿਤਧਾਰੀ ਮਾਈ ਭਾਈ ਆਪ ਅੰਮ੍ਰਿਤ ਛਕਿਆ, ਹੋਰਾਂ ਨੂੰ ਵੀ ਭਾਈ ਪ੍ਰੇਰ ਕੇ ਗੁਰੂ ਵਾਲੇ ਬਣਾਓ, ਇਹ ਬਹੁਤ ਵੱਡਾ ਪੁੰਨ ਹੈ। ਸਾਤ ਮੰਦਰ ਕੰਤਰ ਕੇ ਉਸਾਰ ਦਿੰਦੇ ਤਾਂ ਐਸਾ ਪੁੰਨ, ਇੱਕ ਸਿੱਖ ਕੁਛ ਸ਼ਬਦ ਸਿਖਾਏਗਾ, 700 ਮੰਦਰ ਉਸਾਰ ਕੇ ਕਿਸੇ ਪੁੰਨ ਕਰ ਦਿਓ ਅਤੇ ਇੱਕ ਨੂੰ ਗੁਰੂ 'ਤੇ ਲੜ ਲਾ ਦਿਓ, ਐਡਾ ਵੱਡਾ ਪੁੰਨ ਹੈ। ਆਓ ਪਿਆਰਿਓ, ਆਪ ਗੁਰੂ ਵਾਲੇ ਬਣਿਓ, ਆਪਣੇ ਪਰਿਵਾਰ ਨੂੰ ਹੋਰਾਂ ਨੂੰ ਸੋ ਗੁਰੂ ਵਾਲੇ ਬਣਾਈਏ। ਆਓ ਸਾਡੇ ਤੋਂ ਵਿਚਾਰਾਂ ਕਰਦਾ, ਏਕ ਨੀ ਨੇਕ ਹੋਈਆਂ ਭੁੱਲਾਂ ਦੀ ਖਿਮਾ ਬਖਸ਼ੋਗੇ ਜੀ, ਅੱਗੇ ਤੋਂ ਅਰਦਾਸ ਕਰਿਓ ਮਹਾਰਾਜ ਕਹਿਣੀ ਅਤੇ ਕਰਨੀ ਵਿੱਚ ਪੂਰੇ ਕਰਨ, ਲੇਖੇ ਕਦੇ ਨਾ ਛੁੱਟੀਏ, ਖਿੰਨ ਖਿੰਨ ਭੁੱਲਣ ਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਸੋ ਆਏ ਮਹਿਮਾਨਾਂ ਦਾ ਆਪ ਜੀ ਦਾ ਧੰਨਵਾਦ, ਆਪ ਜੀ ਦੇਖਦੇ ਰਹੋ ਅਕਾਲ ਚੈਨਲ 843, ਗੱਜ ਕੇ ਆਖੋ ਜੀ ਵਾਹਿਗੁਰੂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।